ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਟੀਵੀ ਚੈਨਲ ਮੈਂ ਹਾਂ ਗੁਰਜਤਿੰਦਰ ਸਿੰਘ ਰੰਦਾਵਾ ਲੱਗੇ ਹਾਜ਼ਰ ਹਾਂ ਯੂਐਸ ਇਮੀਗ੍ਰੇਸ਼ਨ ਐਂਡ ਪੋਲਿਟਿਕਸ ਦਾ ਇਹ ਪ੍ਰੋਗਰਾਮ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਤੁਹਾਨੂੰ ਇਮੀਗ੍ਰੇਸ਼ਨ ਬਾਬਤ ਜਿਹੜੀਆਂ ਅਮਰੀਕਾ ਦੀਆਂ ਕੋਈ ਵੀ ਅਪਡੇਟਸ ਹੁੰਦੀਆਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਉਸ ਤੋਂ ਇਲਾਵਾ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਸਵਾਲ ਹੁੰਦੇ ਆ ਉਹਨਾਂ ਦੇ ਜਵਾਬ ਉੱਗੇ ਅਟਾਰਨੀ ਸਰਦਾਰ ਜਸਪ੍ਰੀਤ ਸਿੰਘ ਹਰਕਣ ਲੈ ਕੇ ਤੁਹਾਡੇ ਤੱਕ ਪਹੁੰਚਾਉਣੇ ਆ ਅੱਜ ਜਿਵੇਂ ਕਿ ਹਿੰਦੁਸਤਾਨ ਵਿੱਚ ਇਲੈਕਸ਼ਨਾਂ ਹੋਈਆਂ ਉਹਦੇ ਬਾਰੇ ਵੀ ਕੁਝ ਜਾਣਕਾਰੀ ਲਵਾਂਗੇ ਇਸ ਦੇ ਨਾਲ ਨਾਲ ਨਵੇਂ ਕੁਝ ਸੁਪਰੀਮ ਕੋਰਟ ਦੇ ਇਮੀਗ੍ਰੇਸ਼ਨ ਸੰਬੰਧੀ ਆਰਡਰਸ ਆਏ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਮਈ ਦਾ ਮਹੀਨਾ ਜਿਹੜਾ ਉਹ ਚੜ ਗਿਆ ਅਸੀਂ ਉਹਦੇ ਬਾਰੇ ਵੀ ਅਪਡੇਟ ਕਰਾਂਗੇ ਕਿ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਦਾ ਤੁਹਾਡਾ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਮੈਂ ਗੱਲ ਕੀਤੀ ਹੈ ਜੀ ਕੀ ਅਪਡੇਟ ਹੈ ਜੀ ਆ ਬੰਦਾਵਾ ਸਾਹਿਬ ਕਈ ਅਪਡੇਟਸ ਨੇ ਤੇ ਮੈਂ ਹੁਣ ਸਭ ਤੋਂ ਪਹਿਲਾਂ ਤਾਂ ਸ਼ੁਰੂ ਕਰ ਲੱਗਿਆ ਸੁਪਰੀਮ ਕੋਰਟ ਦੇ ਫੈਸਲੇ ਤੋਂ ਤੇ ਫਿਰ ਆਪਾਂ ਵੀਜ਼ਾ ਬੁਲਟਨ ਤੇ ਆਉਂਦੇ ਆ ਜੀ ਜੀ ਆ ਯੂਐਸ ਸੁਪਰੀਮ ਕੋਰਟ ਦਾ ਬੜਾ ਇੰਪੋਰਟੈਂਟ ਫੈਸਲਾ ਆ ਕੇਸ ਦਾ ਨਾਮ ਹੈਗਾ ਨੇਜ਼ ਸ਼ਾਹਵੇਜ਼ ਵਰਸਸ ਗਾਰਲੈਂਡ ਓਕੇ ਇਹ 6 3 ਦੇ ਜਿਹੜਾ ਮੈਜੋਰਟੀ ਨਾਲ ਫੈਸਲਾ ਵੀ 6 ਜਜ ਦੇ ਫੇਵਰ ਚ ਤੇ 3 ਅਗੇਂਸਟ ਫੈਸਲਾ ਇਹ ਆ ਕਿ ਜਦੋਂ ਵੀ ਕਿਸੇ ਬੰਦੇ ਨੂੰ ਦਾ ਕੇਸ ਕੋਰਟ ਚ ਭੇਜਿਆ ਜਾਂਦਾ ਉਨੂੰ ਰੈਫਰ ਕੀਤਾ ਜਾਂਦਾ ਉਹਨੂੰ ਇੱਕ ਐਨਟੀ ਆ ਦਿੱਤਾ ਜਾਂਦਾ ਡਾਕੂਮੈਂਟ ਉਹਨੂੰ ਕਹਿੰਦਾ ਨੋਟਿਸ ਟੂ ਅਪੀਅਰ ਜੀ ਹੁਣ ਜਿਹੜਾ ਨੋਟਿਸ ਟੂ ਅਪੀਅਰ ਆ ਉਹਦੇ ਉੱਤੇ ਲਿਖਿਆ ਹੁੰਦਾ ਵੀ ਕੀ ਚਾਰजेस ਨੇ ਕਿਉਂ ਕੋਰਟ ਚ ਭੇਜ ਰਏ ਆ ਨੇ ਓਵਰਸਟੇਕ ਕੀਤਾ ਜਾਂ ਪੋਲੀਟੀਕਲ ਸ਼ਰਮ ਦਾ ਇਹਦਾ ਕੇਸ ਹੀ ਉਹ ਫੇਲ ਹੋ ਗਿਆ ਜਾਂ ਵਿਆਹ ਦਾ ਫੇਲ ਹੋ ਗਿਆ ਜਾਂ ਜੋ ਵੀ ਆ ਉਸ ਤੋਂ ਬਾਅਦ ਉਹਨੂੰ ਦੱਸਿਆ ਜਾਂਦਾ ਵੀ ਤੇਰੀ ਕੋਰਟ ਦੀ ਜਿਹੜੀ ਹੀਅਰਿੰਗ ਆ ਉਹ ਕਿਹੜੇ ਦਿਨ ਹੋਊਗੀ ਕਿਹੜੀ ਡੇਟ ਤੇ ਹੋਊਗੀ ਡੇਟ ਐਂਡ ਟਾਈਮ ਦੱਸਿਆ ਜਾਂਦਾ ਉਹਦਾ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਸੀਂ ਕਿਸੇ ਨੂੰ ਨੋਟਿਸ ਆਫ ਅਪੀਅਰ ਇਸ਼ੂ ਕਰਦੇ ਹੋ ਉਹਦੇ ਉੱਤੇ ਤੁਸੀਂ ਡੇਟ ਤੇ ਟਾਈਮ ਸਪੈਸੀਫਾਈ ਨਹੀਂ ਕਰਦੇ ਹਿਅਰਿੰਗ ਦਾ ਉਹ ਇਨਵੈਲਿਡ ਆ ਉਹ ਗਲਤ ਆ ਆਮ ਤੌਰ ਤੇ ਇਮੀਗ੍ਰੇਸ਼ਨ ਕੀ ਕਰਦੀ ਆ ਵੀ ਨੋਟਿਸ ਟੂ ਅਪੀਅਰ ਤਾਂ ਦੇ ਦਿੰਦੇ ਆ ਤੇ ਚਾਰजेस ਲਿਖ ਦਿੰਦੇ ਨੇ ਵੀ ਤੂੰ ਓਵਰਸਟੇ ਕੀਤਾ ਆਪਣਾ ਜਾਂ ਤੇਰੀ ਐਂਟਰੀ ਇਲੈਗਲ ਆ ਜਾਂ ਤੂੰ ਸੈਲਮ ਲਾਇਆ ਸੀ ਉਹ ਅਸੀਂ ਜਿਹੜਾ ਪਾਸ ਨਹੀਂ ਕੀਤਾ ਹੁਣ ਕੋਰਟ ਦੇਖੂਗੀ ਉੱਥੇ ਭੇਜ ਰਹੇ ਆ ਜਾਂ ਕੋਈ ਹੋਰ ਕੇਸ ਕਿਸੇ ਦਾ ਚੱਲਦਾ ਪਰ ਉੱਥੇ ਜਿਹੜਾ ਡੇਟ ਤੇ ਟਾਈਮ ਹੁੰਦਾ ਉਹ ਲਿਖਦੇ ਨੇ ਟੂ ਬੀ ਸਪੈਸੀਫਾਈਡ ਉਹ ਬਾਅਦ ਚ ਭੇਜਾਂਗੇ ਜੀ ਜੀ ਇਹਦੇ ਸਿਲਸਿਲੇ 'ਚ ਜੀ ਇੱਕ ਪਹਿਲਾ ਕੇਸ ਆਇਆ ਸੀ ਪ੍ਰੇਰਾ ਵਰਸਸ ਸੈਸ਼ਨਸ ਇਹ ਕੇਸ ਕਾਫੀ ਇੰਪੋਰਟੈਂਟ ਕੇਸ ਸੀਗਾ ਯੂਐਸ ਸੁਪਰੀਮ ਕੋਰਟ ਦਾ ਉਹਦੇ 'ਚ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਜਿਹੜਾ ਐਨਟੀਏ ਆ ਇਹ ਕੰਪਲੀਟ ਹੋਣਾ ਚਾਹੀਦਾ ਤੇ ਡੇਟ ਤੇ ਟਾਈਮ ਲਿਖਿਆ ਹੋਣਾ ਚਾਹੀਦਾ ਤੇ ਉਹਨਾਂ ਨੇ ਇਹ ਗੱਲ ਜਿਹੜੀ ਹੈਗੀ ਆ ਉਹ ਕਹੀ ਆ ਵੀ ਜੇ ਤੁਸੀਂ ਡੇਟ ਤੇ ਟਾਈਮ ਨਹੀਂ ਲਿਖਦੇ ਤੇ ਫੇਰ ਇਹਦਾ ਮਤਲਬ ਆ ਵੀ ਹੁਣ ਬੰਦੇ ਨੂੰ ਇਹੀ ਨਹੀਂ ਪਤਾ ਉਹਨੇ ਕਿਹੜੀ ਕੋਰਟ ਜਾਣਾ ਕਿੱਥੇ ਜਾਣਾ ਕਦੋਂ ਡੇਟ ਮਿਸ ਹੋ ਗਈ ਡੈਪੂਟੇਸ਼ਨ ਲੱਗ ਸਕਦੀ ਆ ਤੇ ਉਹਦੇ ਚ ਉਹਨੇ ਬੜਾ ਇੰਪੋਰਟੈਂਟ ਇੱਕ ਗੱਲ ਕੋਟ ਕੀਤੀ ਉਹ ਮਤਲਬ ਸੁਪਰੀਮ ਕੋਰਟ ਦੇ ਆਨਰੇਬਲ ਜੱਜ ਸਾਹਿਬ ਕਹਿੰਦੇ ਨੇ ਕਿ ਇਫ ਮੈਨ ਮਸਟ ਟਰਨ ਸਕੁਅਰ ਕਾਰਨਰਸ ਵੈਨ ਦੇ ਡੀਲ ਵਿਦ ਅ ਗਵਰਨਮੈਂਟ ਇਟ ਕੈਨ ਨਾਟ ਬੀ ਟੂ ਮੱਚ ਟੂ ਐਕਸਪੈਕਟ ði ਗਵਰਨਮੈਂਟ ਟੂ ਟਰਨ ਸਕੁਅਰ ਕਾਰਨਰਸ ਵੈਨ ਇਟ ਡੀਲਸ ਵਿਦ ਥੈਮ ਉਹ ਕਹਿੰਦੇ ਵੀ ਜੇ ਜਿਹੜੀ ਸਰਕਾਰ ਆ ਉਹ ਐਕਸਪੈਕਟ ਕਰਦੀ ਆ ਵੀ ਜਿਹੜਾ ਬੰਦਾ ਆਪਣੀ ਡੇਟ ਮਿਸ ਨਾ ਕਰੇ ਸੈਲਮ ਐਪਲੀਕੇਸ਼ਨ ਜੇ ਲਾਉਣੀ ਆ ਪੂਰੀ ਲਾਵੇ ਉਹ ਚ ਕੋਈ ਗਲਤੀ ਨਾ ਹੋਵੇ ਨੀ ਰਿਜੈਕਟ ਹੋ ਜੂਗੀ ਤਾਂ ਸਰਕਾਰ ਦਾ ਵੀ ਫਰਜ ਆ ਵੀ ਜਿਹੜੇ ਉਹ ਉਦੋਂ ਰੇ ਨਾ ਹੁਣ ਇਹਦਾ ਜਿਹੜਾ ਜਿਆਦਾ ਅਸਰ ਪੈਂਦਾ ਉਹ ਉਹਨਾਂ ਕੇਸਾਂ ਤੇ ਪੈਂਦਾ ਜਿੱਥੇ ਕਿ ਕਿਸੇ ਬੰਦੇ ਦਾ ਕੋਈ ਗ੍ਰੀਨ ਕਾਰਡ ਹੋਲਡਰ ਆ ਫਰਜਿਕੋ ਨੇ ਕਰਾਇਮ ਵਗੈਰਾ ਕਰ ਲਿਆ ਉਹਨੇ ਕੈਂਸਲੇਸ਼ਨ ਆਫ ਰਿਮੂਵਲ ਕਰਨੀ ਆ ਉਹ ਚ ਇੱਕ ਟਾਈਮ ਲਿਮਿਟ ਹੁੰਦੀ ਆ ਵੀ ਬੰਦੇ ਕੋਲੇ ਗ੍ਰੀਨ ਕਾਰਡ ਮਿਲੇ ਨੂੰ 7 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਹੁਣ ਰਦਾਵਾ ਸਾਹਿਬ ਕੀ ਹੁੰਦਾ ਵੀ ਕਈ ਵਾਰੀ ਜੇ ਫਜਕਰੋ ਮੰਨੋ ਜਿਹੜਾ ਗ੍ਰੀਨ ਕਾਰਡ ਇਸ਼ੂ ਹੋਏ ਨੂੰ 6 ਸਾਲ ਹੋ ਗਏ ਹੁਣ ਜਾਂ 7 ਹੋ ਗਏ ਉਦੋਂ ਐਨਟੀ ਆਇਸ਼ੂ ਹੋ ਗਿਆ ਉਦੋਂ ਟਾਈਮ ਰੁਕ ਜਾਂਦਾ ਜੀ ਤੇ ਜੇ ਐਨਟੀਏ ਡਿਫੈਕਟਿਵ ਆ ਤੇ ਗਾਂ ਡੇਟ ਆਈ 4 ਸਾਲ ਨੂੰ ਜਾ ਕੇ 3 ਸਾਲ ਨੂੰ ਤਾਂ ਉਹ ਟਾਈਮ ਜਦੋਂ ਵਿੱਚੋਂ ਆਪਾਂ ਕੱਢ ਦਈਏ ਤਾਂ ਉਹ ਬੰਦੇ ਨੂੰ ਰੀਲੀਫ ਨਹੀਂ ਮਿਲ ਸਕਦੀ। ਇਹ ਕੇਸ ਇਦਾਂ ਦਾ ਹੀ ਕੇਸ ਸੀਗਾ ਜਿਹਦੇ ਵਿੱਚ ਕਿ ਉਹ ਟਾਈਮ ਸਟਾਪ ਰੂਲ ਜਿਹੜਾ ਹੈਗਾ ਉਹ ਲਾਗੂ ਹੋਇਆ ਐਨਟੀਏ ਡਿਫੈਕਟਿਵ ਸੀ ਤੇ ਉਹ ਬੰਦਾ ਇਹ ਕਹਿੰਦਾ ਸੀ ਵੀ ਮੇਰੇ ਦਾ ਟਾਈਮ ਪੂਰਾ ਹੋਇਆ ਹੋਇਆ ਆਲਰੇਡੀ ਪਰ ਉਹ ਕਹਿੰਦਾ ਤੁਹਾਨੂੰ ਐਨਟੀਏ ਪਹਿਲਾਂ ਇਸ਼ੂ ਹੋਇਆ ਤੇਰਾ ਟਾਈਮ ਨਹੀਂ ਗਿਣਿਆ ਜਾ ਸਕਦਾ ਵੀ ਇੰਨੇ ਸਾਲ ਤੋਂ ਇਹਦੇ ਗ੍ਰੀਨ ਕਾਰਡ ਹੋਲਡਰ ਨਹੀਂ ਪੂਰੇ ਕੀਤੇ। ਤੇ ਉਹਨਾਂ ਨੇ ਕਿਹਾ ਵੀ ਜੇ ਉਹ ਐਨਟੀਆਈ ਡਿਫੈਕਟਿਵ ਆ ਤਾਂ ਉਹ ਬੰਦੇ ਨੂੰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੀ ਸੋ ਇਸ ਕਰਕੇ ਜਿਹੜੇ ਅਸੀਂ ਹੁਣ ਮਤਲਬ ਕੋਟਾਂ 'ਚ ਬਕਾਅਤ ਕਰਦੇ ਆ ਸਾਡੇ ਪੁਆਇੰਟ ਆਫ View ਤੋਂ ਬੜਾ ਇੰਪੋਰਟੈਂਟ ਇਹ ਜਿਹੜਾ ਹੈਗਾ ਡਿਸੀਜਨ ਆ ਤੇ ਇਹਦੇ ਨਾਲ ਨਾਲ ਇੱਕ ਵੱਡੀ ਗੱਲ ਇਹ ਹੈਗੀ ਆ ਕਿ ਉਹ ਸੁਪਰੀਮ ਕੋਰਟ ਕੋਲੋਂ ਆਇਆ ਜਿਹਦਾ ਕਿ ਸਮਝਿਆ ਜਾਂਦਾ ਵੀ ਕਈ ਜੱਜ ਜਿਹੜੇ ਆ ਉਹ ਪ੍ਰੈਜ਼ੀਡੈਂਟ ਟਰੰਪ ਨੇ ਅਪਾਇੰਟ ਕੀਤੇ ਜਿਹੜੇ ਟਰੰਪ ਸਾਹਿਬ ਇਮੀਗ੍ਰੇਸ਼ਨ ਦੇ ਲਈ ਉਹਨਾਂ ਦਾ ਬੜਾ ਸਟੈਂਡ ਸਖ਼ਤ ਸੀਗਾ ਤੇ ਉਹ ਇਮੀਗ੍ਰੇਸ਼ਨ ਦੇ ਅਗੇਂਸ ਸਮਝੇ ਜਾਂਦੇ ਸੀ ਤੇ ਇਹਨਾਂ ਜੱਜਾਂ ਨੇ ਇਹਨਾਂ ਫੇਅਰ ਡਿ ਦੇਖੋ ਇਹ ਗੱਲ ਸਾਬਤ ਹੁੰਦੀ ਆ ਅਮਰੀਕਾ ਦੇ ਵਿੱਚ ਅਮਰੀਕਾ ਦੀ ਹਿਸਟਰੀ ਰਹੀ ਆ ਜੀ ਇੱਥੇ ਜਿਹੜੇ ਜਿਹੜੇ ਮਤਲਬ ਜਸਟਿਸ ਨੇ ਉਹਨਾਂ ਨੂੰ ਚਾਹੇ ਕੋਈ ਵੀ ਪੁਆਇੰਟ ਕਰੇ ਵੀ ਮਤਲਬ ਕੋਈ ਵੀ ਅਰਮਿਨਿਸਟ੍ਰੇਸ਼ਨ ਕਰੇ ਜਿੱਥੇ ਇਨਸਾਫ ਦੀ ਗੱਲ ਆਉਂਦੀ ਆ ਉੱਥੇ ਇਨਸਾਫ ਤੇ ਖੜ ਜਾਂਦੇ ਆ ਜੀ ਜੀ ਹੁਣ ਤੁਸੀਂ ਇਹ ਦੇਖੋ ਜਦੋਂ ਇਲੈਕਸ਼ਨ ਸੀਗੀ ਪ੍ਰੈਜ਼ੀਡੈਂਟ 트ੰਪ ਦੀ ਤੇ ਪੈਂਸਿਲਵੇਨੀਆ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਕੈਂਪੇਨ ਨੇ ਕੇਸ ਪਾਇਆ ਸੁਪਰੀਮ ਕੋਰਟ ਦੇ ਵਿੱਚ ਕਿ ਉਹ ਸਾਰੀ ਜਿਹੜੀ ਹੈਗੀ ਗਿਣਤੀ ਗਲਤ ਆ ਉਹਨੂੰ ਤੁਸੀਂ ਮਤਲਬ ਕੈਂਸਲ ਕਰੋ ਜਾਂ ਰੀਕਾਊਂਟ ਕਰੋ ਉੱਥੇ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਉਹਦੀ ਗਿਣਤੀ ਹੈਗੀ ਆ ਉਹ ਠੀਕ ਚੱਲ ਰਹੀ ਆ ਮਤਲਬ ਜਿਹੜੇ ਨਾਲੇ ਆਪਣੇ ਲਾਇ ਜੱਜ ਸੀਗੇ ਉਹਨਾਂ ਨੇ ਵੀ ਇਨਸਾਫ ਦੀ ਤਰਜੀਹ ਦਿੱਤੀ ਸੋ ਇਹ ਬਹੁਤ ਵੱਡੀ ਗੱਲ ਆ ਇਸ ਮੁਲਕ ਦੀ ਇਹ ਤਾਂ ਹੀ ਇਹ ਮੁਲਕਾ ਚ ਦੁਨੀਆ ਦੀ ਸੁਪਰ ਪਾਵਰ ਐਡਾ ਮਹਾਨ ਗਿਣਿਆ ਜਾਂਦਾ ਕਿ ਇੱਥੇ ਜਿਹੜੀਆਂ ਜਿਹੜੇ ਇੰਸਟੀਟਿਊਸ਼ਨ ਨੇ ਜਿਵੇਂ ਸੁਪਰੀਮ ਕੋਰਟ ਹੋ ਗਿਆ ਲਾ ਹੋ ਗਿਆ ਕਨਸਟੀਟਿਊਸ਼ਨ ਹੋ ਗਿਆ ਉਹਦੀ ਬੜੀ ਰਿਸਪੈਕਟ ਆ ਉਥੇ ਇਹ ਨਹੀਂ ਹੈਗਾ ਕਿ ਜੱਜ ਕਿਨੇ ਪੁਆਇੰਟ ਕੀਤਾ ਕਿਦਾਂ ਕੀਤਾ ਚਾਹ ਕਿਵੇਂ ਵੀ ਆ ਜਿੱਥੇ ਇਨਸਾਫ ਦੀ ਗੱਲ ਆਉਂਦੀ ਆ ਉਥੇ ਉਹ ਇਨਸਾਫ ਦੇ ਵਾਲੀ ਜਾਂਦੇ ਨੇ ਸੋ ਬਹੁਤ ਇੰਪੋਰਟੈਂਟ ਡਿਸੀਜਨ ਆ ਜੀ ਤੇ ਇਹ ਤਾਂ ਇਹ ਡਿਸੀਜਨ ਦੀ ਗੱਲ ਹੋ ਗਈ ਰੰਦਾਬਾ ਸਾਹਿਬ ਹੁਣ ਜੇ ਮੈਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਤੇ ਆਪਾਂ ਹੁਣ ਇੱਕ ਹੋਰ ਗੱਲ ਇੰਪੋਰਟੈਂਟ ਦੀ ਗੱਲ ਕਰੀਏ ਉਹ ਇਹ ਆ ਕਿ ਦੋ ਚੀਜ਼ਾਂ ਹੋਈਆਂ ਨੇ ਇੱਕ ਤਾਂ ਜਿਹੜੀ ਪੈਂਟਗਨ ਆ ਜਿਹੜੀ ਕਿ ਡਿਫੈਂਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜਾ ਬਾਰਡਰ ਵਾਲ ਦੀ ਕੰਸਟਰਕਸ਼ਨ ਪ੍ਰੋਜੈਕਟ ਵਾਸਤੇ ਪੈਸੇ ਦਿੰਦੇ ਸੀ ਉਹ ਪੈਸੇ ਬੰਦ ਕਰਤੇ ਆ ਓਕੇ ਕਿਉਂਕਿ ਹੋਇਆ ਕੀ ਸੀਗਾ ਆਪ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਅਨਾਉਂਸ ਕੀਤਾ ਵੀ ਕੰਧ ਬਣਾਉਣੀ ਆ ਸੀ ਜਾ ਵਾਲ ਬਣਾਉਣੀ ਹੈ ਜਿਹੜੀ ਵੀ ਆ ਮੈਕਸੀਕੋ ਦੇ ਅਮਰੀਕਨ ਬਾਰਡਰ ਤੇ ਉਸ ਟਾਈਮ ਜਿਹੜੀ ਯੂਐਸ ਕਾਂਗਰਸ ਸੀ ਇਹਨੇ ਫੰਡਸ ਆਥਰਾਇਜ਼ ਨਹੀਂ ਕੀਤੇ ਜੀ ਜੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਫੰਡਸ ਡਿਫੈਂਸ ਡਿਪਾਰਟਮੈਂਟ ਦੇ ਸੀਗੇ ਉਧਰ ਕਰਤੇ ਡਿਵਰਟ ਜੀ ਜੀ ਉਹਦੇ ਬਾਬਤ ਕੇਸ ਵੀ ਹੋਇਆ ਤੇ 9 ਸਰਕਟ ਨੇ ਉਹ ਇਹਨਾਂ ਦੇ ਅਗੇਂਸਟ ਕਰਤਾ ਸੀ ਰੂਲ ਵੀ ਇਹ ਗਲਤ ਆ ਵੀ ਤੁਸੀਂ ਡਿਫੈਂਸ ਦੇ ਪੈਸੇ ਉੱਥੇ ਨਹੀਂ ਲਾ ਸਕਦੇ ਪਰ ਹੁਣ ਜਦੋਂ ਫਿਰ ਪ੍ਰੈਜ਼ੀਡੈਂਟ ਬਾਈਡਨ ਬਣੇ ਇਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੇ ਵਾਲ ਐ ਨਹੀਂ ਬਣਾਉਣੀ ਇਹ ਫਜ਼ੂਲ ਖਰਚੀ ਆ ਤੇ ਹੁਣ ਜਿਹੜਾ ਪੈਂਟਿੰਗ ਆਨ ਆ ਉਹਨੇ ਸਟਾਪ ਕਰਤਾ ਉਹ ਜਿਹੜਾ ਹੈਗਾ ਮਤਲਬ ਬਾਰਡਰ ਵਾਲ ਦਾ ਸਾਰਾ ਕੰਸਟਰਕਸ਼ਨ ਪ੍ਰੋਜੈਕਟ ਤੇ ਮੈਕਸੀਕੋ ਤੇ ਅਮਰੀਕਾ ਦੀ ਜਿਹੜੀ 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 ਵਾਲ 트੍ਰੰਪ ਬਣਾ ਰਹੀ ਸੀ ਜਿਹਨੂੰ 트੍ਰੰਪ ਕਹ ਰਹੀ ਸੀ ਹਾਂ ਜਿਹੜੀ ਮਤਲਬ ਮੈਕਸੀਕੋ ਤੇ ਅਮਰੀਕਾ ਦੇ ਵਿੱਚ ਸਰਹੱਦ ਦਾ ਇਹਨਾਂ ਦੀ ਉਹ ਸਰਹੱਦ ਜਿਹਨੂੰ ਆਪਾਂ ਸਦਨ ਬਾਰਡਰ ਕਹਿੰਦੇ ਆ ਉੱਥੇ ਜਿਹੜੀ ਵਾਲ ਬਣ ਰਹੀ ਸੀ ਉਹ ਵਾਲ ਨੂੰ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਉਹ ਕਹ ਰਹੀ ਸੀ ਮੇਰੀ ਬੜੀ ਵੱਡੀ ਪ੍ਰਾਪਤੀ ਆ ਜੀ ਜੀ ਆਹ ਸਾਲ ਜਨਵਰੀ ਦੇ ਵਿੱਚ ਅਹੁਦਾ ਛੱਡਣ ਤੋਂ ਪਹਿਲਾਂ ਵੀ ਉਹ ਵਾਲ ਤੇ ਜਾ ਕੇ ਆਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਹਿਣ ਦੀ ਵੀ ਦੇਖੋ ਮੈਂ ਕਿੱਡਾ ਵੱਡਾ ਕੰਮ ਕੀਤਾ ਉਹੜਾ ਵੱਡਾ ਕੰਮ ਉਹ ਕਹਿ ਰਹੇ ਸੀ ਉਹਨੂੰ ਜਿਹੜਾ ਇਹਨਾਂ ਦਾ ਹੈਗਾ ਡਿਫੈਂਸ ਡਿਪਾਰਟਮੈਂਟ ਉਹਨੇ ਕਹਿਤਾ ਵੀ ਅਸੀਂ ਪੈਸੇ ਨਹੀਂ ਦੇਣੇ ਤੇ ਇਹਨਾਂ ਨੇ ਉਹ ਬੰਦ ਕਰਤਾ ਉਹਨਾਂ ਦਾ ਹੁਣ ਸਟੇਟਮੈਂਟ ਆਈ ਹੈ ਕਿ ਕੰਸਿਸਟੈਂਟ ਵਿਦ ਪ੍ਰੈਜ਼ੀਡੈਂਟ ਬਾਈਡਨਸ ਪ੍ਰੋਕਲੇਮੇਸ਼ਨ ਦਾ ਡਿਪਾਰਟਮੈਂਟ ਆਫ ਡਿਫੈਂਸ ਇਸ ਪ੍ਰਸੀਡਿੰਗ ਵਿਦ ਕੈਨਸਲਿੰਗ ਆਲ ਬਾਰਡਰ ਬੈਰੀਅਰ ਕੰਸਟਰਕਸ਼ਨ ਪ੍ਰੋਜੈਕਟਸ paid for with funds originally intended for other military missions and functions such as schools for military children overseas military construction projects in uh, partner nations and the national guard and reserve equipment account ਉਹ ਇਹ ਕਹਿ ਰਹੇ ਨੇ ਕਿ ਜਿਹੜੇ ਪੈਸੇ ਨੇ ਰੱਖੇ ਗਏ ਸੀਗੇ ਜਿਹੜੇ ਬਾਕੀ ਜਿਹੜੇ ਹੈਗੇ ਮਿਲਟਰੀ ਮਿਸ਼ਨਸ ਵਾਸਤੇ ਜਿਵੇਂ ਕਿ ਜਿਹੜੇ ਮਿਲਟਰੀ ਵਾਲਿਆਂ ਦੇ ਬੱਚਿਆਂ ਦੇ ਸਕੂਲਾਂ ਲਈ ਉਹਨਾਂ ਦੀ ਪੜ੍ਹਾਈ ਲਈ ਜਾਂ ਓਵਰਸੀਜ਼ ਜਿਹੜੇ ਮਤਲਬ ਮਿਲਟਰੀ ਇਹਨਾਂ ਦੀ ਜਿਵੇਂ ਕਈ ਕੰਟਰੀਆਂ ਵਿੱਚ ਹੈਗੀ ਜਿਵੇਂ ਅਫਗਾਨਿਸਤਾਨ 'ਚ ਸੀਗੀ ਹੁਣ ਇਦਾਂ ਹੀ ਹੋਰਾਂ ਮੁਲਕਾਂ 'ਚ ਆ ਵੀ ਉੱਥੇ ਜਿਹੜਾ ਅਸੀਂ ਕਰਦੇ ਆ ਕੰਮ ਉਹ ਇਸ ਵਾਸਤੇ ਨਹੀਂ ਹੈਗੇ ਤੇ ਜਾਂ ਜਿਹੜੀ ਮਿਲਟਰੀ ਜਿਹੜੇ ਜਿਹੜੇ ਹੁੰਦੇ ਨੇ ਵੈਪਨਸ ਵਗੈਰਾ ਜਾਂ ਹੋਰ ਜਿਹੜੀ ਹੈਗੀ ਆ ਉਡਾਂ ਦਾ ਫੌਜ ਦਾ ਸਾਜੋ ਸਮਾਨ ਲੈਣ ਵਾਸਤੇ ਉਹਦੇ ਵਾਸਤੇ ਰੱਖੇ ਨੇ ਜੀ ਪਰ ਇਹ ਪੈਸੇ ਜਿਹੜੇ ਕੰਧ ਬਣਾਉਣ ਵਾਸਤੇ ਨਹੀਂ ਤੇ ਇਹਨੂੰ ਟਰੰਪ ਨੇ ਉਧਰ ਕੰਧ ਬਣਾਉਣ ਲਈ ਡਿਵਰਟ ਕਰਤਾ ਸੀ ਓਕੇ ਹੁਣ ਦੇਖੋ ਕਿੱਡਾ ਨੁਕਸਾਨ ਉਹਨੇ ਕੀਤਾ ਜਦੋਂ ਉਹ ਪੈਸੇ ਉਧਰ ਲੱਗੇ ਤੋ ਜਿਹੜੇ ਮਿਲਟਰੀ ਵਾਲਿਆਂ ਦੇ ਬੱਚਿਆਂ ਤੇ ਲੱਗਣੇ ਸੀ ਜਾਂ ਸਕੂਲਾਂ ਤੇ ਉਹ ਲੱਗੇ ਨਹੀਂ ਉਹ ਲੱਗੇ ਉਹ ਕਹਿੰਦੇ ਵੀ ਇਹ ਪੈਸੇ ਜਿਸ ਕੰਮ ਲਈ ਦਿੱਤੇ ਗਿਆ ਉੱਥੇ ਲੱਗਣਗੇ ਤੇ ਕੰਦ ਵਾਸਤੇ ਨਹੀਂ ਬਣਾਏ ਜਾਣਗੇ ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਹੈਗੀ ਖਬਰ ਹੈ ਜੀ ਤੇ ਇਹਦੇ ਨਾਲ ਨਾਲ ਜਿਵੇਂ ਆਪਾਂ ਪਹਿਲਾਂ ਇਹਦੇ ਨਾਲ ਇਹ ਤਾਂ ਨਹੀਂ ਹੋਊਗਾ ਕਿ ਕੰਦ ਬਣੀ ਨਹੀਂ ਤੇ ਆਵਾਜ਼ੇ ਜਿਹੜੀ ਬਾਹਰਲੇ ਮੁਲਕਾਂ ਤੋਂ ਹੋਰ ਵੱਧ ਜੂ ਆ ਨੀ ਰੰਧਾਵਾ ਸਾਹਿਬ ਇਹ ਤਾਂ ਨਹੀਂ ਹੋਣ ਲੱਗਿਆ ਦੇਖੋ ਉਹ ਤਾਂ ਚਾਹੇ ਕੰਦ ਜਿਹੜੀ ਆ ਉਹ ਬਣੇ ਜਾਂ ਨਾ ਬਣੇ ਆਵਾਜ਼ਾਈ ਤਾਂ ਰਹਿਣੀ ਆ ਉਹ ਤਾਂ ਇੱਕ ਟਰੰਪ ਦਾ ਆਪਣਾ ਇਲੈਕਸ਼ਨ ਦਾ ਜਾਂ ਕਹਿ ਲੋ ਇੱਕ ਜਣੇ ਕਿ ਸ਼ੋਸ਼ਾ ਅਸਿਸਟੈਂਟ ਸੀਗਾ ਵੀ ਕਦੇ ਕੰਧਾਂ ਨੇ ਵੀ ਲੋਕ ਰੋਕੇ ਆ ਸੋ ਗਲਤ ਆ ਇਹ ਹੁੰਦੀ ਆ ਕਿ ਇਹ ਜਿਹੜੇ ਜਿਹੜੇ ਜੇ ਕਿਸੇ ਨੇ ਆਉਣਾ ਹੀ ਆ ਇਲੀਗਲ ਜਿੰਨੇ ਆਉਣਾ ਉਹਨੇ ਜਿੰਨੇ ਆਉਣਾ ਉਹਨੇ ਕੰਧ ਦੇ ਰਾਹੀਂ ਨਾਲੇ ਤੁਸੀਂ ਕਿੰਨੀ ਕ ਕੰਧ ਬਣਾ ਲਓਗੇ ਬਹੁਤ ਲੰਬਾ ਚੌੜਾ ਬਾਰਡਰ ਆ ਤੇ ਉੱਥੇ ਤੁਸੀਂ ਹਰ ਇੰਚ ਤੇ ਤਾਂ ਕੰਧ ਬਣਾ ਨਹੀਂ ਸਕਦੇ ਉਹਦੇ ਵਿੱਚੋਂ ਨਾਲੇ ਵੀ ਆ ਨਦੀਆਂ ਵੀ ਆ ਉਹ ਚ ਜਿਹੜੇ ਹੈਗੇ ਰਿਵਰ ਵੀ ਆਉਂਦੇ ਆ ਡੇਜ਼ਰਟ ਵੀ ਆਉਂਦਾ ਫਿਰ ਕੰਧਾਂ ਟਹਿ ਜਾਂਦੀਆਂ ਨੇ ਕੋਈ ਕੰਧਾਂ ਇਹ ਤਾਂ ਹੈ ਨਹੀਂ ਵੀ ਜਿਹੜੀ ਕੰਧ ਬਣਾਤੀ ਉਹ ਹਮੇਸ਼ਾ ਲਈ ਰਹਿਣੀ ਆ ਉਹ ਕੋ ਪਰਮਾਨੈਂਟ ਆ ਸੋ ਇਹ ਕੋਈ ਹੱਲ ਨਹੀਂ ਆ ਸੋਲੂਸ਼ਨ ਦਾ ਇਹ ਤਾਂ ਇੱਕ ਅਪਰੋਚ ਸੀਗੀ ਉਹਦੀ ਆਪਣੀ ਸੋਚ ਸੀ ਕਿ ਕੰਦ ਬਣਾਉਣਾ ਪਤਾ ਨਹੀਂ ਇਮੀਗ੍ਰੇਸ਼ਨ ਹੀ ਰੁਕ ਜਾਊਗੀ ਇਹਦਾ ਕੋਈ ਫਰਕ ਨਹੀਂ ਸਵਾਲ ਤਾਂ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਇਹਦੇ ਬਾਰੇ ਅਸੀਂ ਆਪ ਕਹਿੰਨੇ ਆ ਮੈਂ ਹਰ ਪ੍ਰੋਗਰਾਮ 'ਚ ਕਹਿੰਨਾ ਕਿ ਜਿਹੜੀ ਇਲੀਗਲ ਬਾਰਡਰ ਕ੍ਰੋਸ ਕਰਕੇ ਆਉਣਾ ਇਹ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਲੋਕੀ ਉਥੋਂ ਮਤਲਬ ਆਪਣੇ ਮਕਸੀਕੋ ਆਉਂਦੇ ਆ ਇੰਡੀਆ ਵਗੈਰਾ ਦੇ ਮੁਲਕਾਂ ਤੋਂ ਮਕਸੀਕੋ ਤੋਂ ਗਾਂ ਬਾਰਡਰ ਕ੍ਰੋਸ ਕਰਕੇ ਇੱਧਰ ਆਉਂਦੇ ਆ ਇੱਕ ਤਾਂ ਉਹਨਾਂ ਨੂੰ ਆਪ ਨੂੰ ਖਤਰਾ ਉਹਨਾਂ ਦੀ ਜਾਨ ਮਾਰ ਨੂੰ ਖਤਰਾ ਦਾਵਾ ਸਾਹਿਬ ਦੂਜਾ ਇਹ ਆ ਕਿ ਇਹ ਤਰੀਕਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਬਰਡਨ ਕਰਦਾ ਤੇ ਇਹ ਗੈਰਕਾਨੂੰਨੀ ਹੈ ਗਲਤ ਹੈ ਇਸ ਤਰੀਕੇ ਨਾਲ ਬਿਲਕੁਲ ਨਹੀਂ ਹੋਣਾ ਚਾਹੀਦਾ ਲੀਗਲ ਤਰੀਕੇ ਨਾਲ ਹੋਣਾ ਚਾਹੀਦਾ ਬਿਲਕੁਕੁਲ ਠੀਕ ਗੱਲ ਆ ਇਸ ਵੇਲੇ ਥੋੜੀ ਜੀ ਆਪਾਂ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਤੇ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਦੋ ਮੁੱਦੇ ਵੱਡੇ ਆ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਚਾਹੁੰਦਾ ਮੈਂ ਉਹ ਚਾਹੁੰਦਾ ਜੀ ਕਰੋਨਾ ਕਰੋਨਾ ਕਰਕੇ ਜਿਹੜੀਆਂ ਇੱਕ ਤੇ ਉੱਥੇ ਮਹਾਮਾਰੀ ਹੈ ਬਹੁਤ ਵੱਧ ਗਈ ਆ ਤੇ ਦੂਸਰਾ ਇਹ ਵੀ ਫਲਾਈਟਸ ਤੇ ਕਾਫੀ ਅਫੈਕਟ ਪਿਆ ਉਹਦੇ ਬਾਰੇ ਕੋਈ ਹੈ ਅਪਡੇਟ ਹਾਂਜੀ ਰਧਾਵਾ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜੀ ਇੰਡੀਅਨ ਅ ਮਤਲਬ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨਾ ਬੁਰਾ ਹਾਲ ਆ ਉਥੇ ਜਿਹੜੀ ਕਰੋਨਾ ਦੀ ਖਾਸ ਕਰਕੇ ਦਿੱਲੀ ਬੰਬੇ ਉਥੇ ਸਾਰੀਆਂ ਵਰਲਡ ਦੀਆਂ ਨਿਊਜ਼ ਏਜੰਸੀਆਂ ਕਹਿ ਰਹੀਆਂ ਵੀ ਅੰਡਰ ਰਿਪੋਰਟਡ ਆ ਉਥੇ ਬਹੁਤ ਜ਼ਿਆਦਾ ਜਿਹੜੇ ਲੋਕ ਆ ਵਿਚਾਰੇ ਮਰ ਰਹੇ ਆ ਤੇ ਬਹੁਤ ਹੀ ਮੰਦ ਭਾਗੀ ਗੱਲ ਆ ਹੋਣਾ ਨਹੀਂ ਚਾਹੀਦਾ ਮਤਲਬ ਕਿਤੇ ਵੀ ਐੋਜੀ ਮਹਾਮਾਰੀ ਹੋਵੇ ਬਹੁਤ ਮਾੜੀ ਆ ਦੇਖੋ ਕਿਸੇ ਦੀ ਵੀ ਜਾਨ ਜਾਣੀ ਇਹ ਬਹੁਤ ਹੀ ਜਿਹੜੀ ਹੈਗੀ ਦੁਖਦਈ ਆ ਤੇ ਉਹਦੇ ਕਰਕੇ ਅਮਰੀਕਾ ਜਿਹੜਾ ਹੈਗਾ ਇੰਡੀਆ ਦੀ ਮਦਦ ਵੀ ਕਰ ਰਿਹਾ ਬੜੀ ਚੰਗੀ ਗੱਲ ਆ ਅਮਰੀਕਾ ਤੋਂ ਪਲੇਨ ਗਏ ਨੇ ਇਹਨਾਂ ਨੇ ਆਕਸੀਜਨ ਦੇ ਜਿਹੜੇ ਹੈਗੇ ਕਨਸੈਂਟਰੇਟਰਸ ਉਹਨਾਂ ਦੀ ਵੀ ਹੈਲਪ ਕੀਤੀ ਆ ਇਹਨਾਂ ਨੇ ਜਿਹੜੇ ਹੈਗੇ ਆ ਉਹਨਾਂ ਨੂੰ ਵੈਕਸੀਨ ਬਣਾਉਣ ਵਾਸਤੇ ਜਿਹੜਾ ਫਾਰਮੂਲਾ ਜਾਂ ਰॉ ਮਟੀਰੀਅਲ ਆ ਉਹ ਵੀ ਦਿੱਤਾ ਉਹਦੇ ਨਾਲ-ਨਾਲ ਹੋਰ ਵੀ ਕੀਤਾ ਇੱਥੇ ਮੈਂ ਇਹ ਵੀ ਦੱਸਦਾ ਵੀ ਜਿਹੜੀਆਂ ਉੱਥੇ ਸੰਸਥਾਵਾਂ ਨੇ ਨਾਨ-ਪ੍ਰੋਫਿਟ ਖਾਸ ਕਰਕੇ ਆਪਣੇ ਸਿੱਖਾਂ ਦੀਆਂ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਜਾਂ ਹੋਰ ਸੰਸਥਾਵਾਂ ਨੇ ਈਵਨ ਖਾਲਸਾ ਏਡ ਨੇ ਭੇਜਿਆ ਉਹ ਬਹੁਤ ਕੰਮ ਕਰ ਰਹੀਆਂ ਨੇ ਦਿਨ ਰਾਤ ਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਸਿਰਸਾ ਸਾਹਿਬ ਨੇ ਕਿ ਸਾਨੂੰ ਜਿਹੜੇ ਹੈਗੇ ਆ ਆਕਸੀਜਨ ਕੰਸਨਟ੍ਰੇਟਰ ਚਾਹੀਦੇ ਆ ਤੇ ਉਹ ਜੇ ਵੀ ਕੋਈ ਦਾਨ ਕਰ ਸਕੇ ਕਿਸੇ ਕੋਲ ਹੋਣ ਜਾਈ ਡਾਕਟਰਾਂ ਨੂੰ ਪਤਾ ਹੁੰਦਾ ਤੇ ਉਹ ਲੈ ਕੇ ਜਰੂਰ ਭੇਜਣ ਇਹਦੇ ਨਾਲ ਨਾਲ ਖਾਲਸਾ ਏਡ ਜਿਹੜੀ ਆ ਇਹਨੇ ਵੀ ਇੰਗਲੈਂਡ ਤੋਂ ਤਰੀਬਨ ਜਿਹੜੇ ਅੱਜ ਹੈਗੇ 200 ਉਹ 2 300 ਆਹ ਜਿਹੜੇ ਹੈਗੇ ਆ ਉਹ ਭੇਜੇ ਆ ਸੋ ਇਹ ਬੜੀ ਉਥੇ ਆਕਸੀਜਨ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਤੇ ਉਹਦੇ ਨਾਲ ਨਾਲ ਹੋਰ ਵੀ ਬੜੀਆਂ ਜਿਹੜੀਆਂ ਦਿੱਕਤਾਂ ਨੇ ਸੋ ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ ਵੈਗਰੂ ਅੱਗੇ ਕਿ ਇਹ ਸੰਕਟ ਖਤਮ ਹੋਵੇ ਤੇ ਜਿਹੜਾ ਇਹ ਇੰਡੀਆ ਦੇ ਵਿੱਚ ਆਪਣਾ ਕਰੋਨਾ ਨੇ ਕਹਿਰ ਜਿਹੜਾ ਵਰਤਾਇਆ ਉਹ ਘਟੇ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਦੱਸਦਾ ਕਿ ਅਮਰੀਕਾ ਦੇ ਵਿੱਚ ਜਦੋਂ ਵੈਕਸੀਨੇਸ਼ਨ ਲੱਗੀ ਆ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਹੈਗੀ ਗਣੀ ਜਾਏਗੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਕਿ ਇਹਨਾਂ ਦਿਨਾਂ ਜੀ ਪਿਛਲੇ ਸਾਲ ਦੇਖੋ ਨਿਊਯਾਰਕ ਕੀ ਹਾਲ ਸੀ ਮੇ ਦਾ ਸੰਬੰਧ ਤਾਂ ਨਿਊਯਾਰਕ ਨਾਲ ਮੇਰਾ ਮੇਨ ਆਫਿਸ ਉੱਥੇ ਆ ਮੈਂ ਜਾਂਦਾ ਰਹਿਣਾ ਉੱਥੇ ਤੁਸੀਂ ਦੇਖ ਲਓ ਵੀ ਜੋ ਅੱਜ ਦਿੱਲੀ ਦੇ ਵਿੱਚ ਇੰਡੀਆ 'ਚ ਹਾਲ ਹੈ ਇਹੀ ਹਾਲ ਨਿਊਯਾਰਕ ਸੀਗਾ ਇਹਦੇ ਨਾਲ ਕੋਈ ਘਟ ਨਹੀਂ ਸੀ ਪਰ ਦੇਖ ਲਓ ਇੱਕ ਸਾਲ ਦੇ ਵਿੱਚ ਕਿੰਨਾ ਟਰਨ ਅਰਾਊਂਡ ਹੋਇਆ ਅੱਜ ਇੱਥੇ ਜਦੋਂ ਹੁਣ ਇੰਨੇ ਲੋਕਾਂ ਨੂੰ ਵੈਕਸੀਨ ਲੱਗੀ ਆ ਤੇ ਉਹ ਵੈਕਸੀਨ ਦੇ ਨਾਲ ਜਿਹੜੀ ਮਤਲਬ ਕਰੋਨਾ ਜਿਹੜਾ ਹੈਗਾ ਉਹ ਬਹੁਤ ਕੰਟਰੋਲ ਹੋ ਗਿਆ ਤੇ ਇਹ ਸਟੱਡੀਜ਼ ਆਈਆਂ ਨੇ ਵੀ ਜਿਨ੍ਹਾਂ ਨੂੰ ਵੈਕਸੀਨ ਲੱਗੀ ਹੋਈ ਉਹਨਾਂ ਨੂੰ ਕਰੋਨਾ ਹੁੰਦਾ ਨਹੀਂ ਸੋ ਇਹ ਬਹੁਤ ਅੱਛੀ ਗੱਲ ਆ ਕਿ ਇਹਨਾਂ ਨੇ ਕੰਟਰੋਲ ਕਰ ਲਿਆ ਫਲਾਈਟਸ ਬਾਰੇ ਕੀ ਅਪਡੇਟ ਹੈ ਤੁਹਾਡੇ ਕੋਲ ਫਲਾਈਟਸ ਬਾਰੇ ਅਰਦਾਵਾ ਸਾਹਿਬ ਇਸ ਤਰ੍ਹਾਂ ਆ ਕਿ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਹੁਣ ਕਰੋ ਉਦੇ ਕਰਕੇ ਬਾਈਡਨ ਸਰਕਾਰ ਨੇ ਕਿਹਾ ਵੀ 4 ਮਈ ਤੋਂ ਜਿਹੜੇ ਉਧਰੋਂ ਆਉਣਗੇ ਵਿਜ਼ਟਰ ਜਾਂ ਜਿਹੜੇ ਬੰਦੇ ਫਲਾਈਟ ਤੇ ਆਉਂਦੇ ਆ ਉਹ ਰੋਕੇ ਜਾਣਗੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਹੈਗੀ ਟ੍ਰੈਵਲ ਇੰਡੀਆ ਤੋਂ ਅਮਰੀਕਾ ਜਿਹੜੀ ਹੈਗੀ ਉਹ ਟੋਟਲੀ ਬੰਦ ਕਰਤੀ ਹੈ ਸਿਰਫ ਦੋ ਕੈਟੇਗਰੀਆਂ ਦੇ ਬੰਦੇ ਆ ਸਕਣਗੇ ਇੱਕ ਜਿਹੜੇ ਯੂਐਸ ਸਿਟੀਜ਼ਨ ਤੇ ਇੱਕ ਗ੍ਰੀਨ ਕਾਰਡ ਹੋਲਡਰ ਕਿਉਂਕਿ ਉਹਨਾਂ ਦਾ ਰਾਈਟ ਆਉਣਾ ਸੋ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਆ ਸਕਦੇ ਆ ਇਹ ਤੋਂ ਇਲਾਵਾ ਜਿੰਨੇ ਵਿਜ਼ਟਰ ਨੇ ਜਿੰਨੇ ਹੋਰ ਵੀਜ਼ਿਆਂ ਤੇ ਆਉਂਦੇ ਨੇ ਜਿਵੇਂ ਐਂਟਰਟੇਨਮੈਂਟ ਵੀਜ਼ੇ ਸੀਗੇ ਤੇ ਜਾਂ ਜਿਹੜੇ ਫਰਜ ਕਰੋ ਕੋਈ ਹੋਰ ਜਿਵੇਂ ਮਤਲਬ ਇਸ ਕਿਸਮ ਦੇ ਵੀਜ਼ੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੰਦੇ ਨੇ 54 ਹਾਂ H1 ਵਾਲੇ ਵੀ ਉਹ ਜਿਹੜੇ ਨੇ ਉਹ ਬੰਦ ਆ ਸਿਰਫ ਉਹਦੇ ਵਿੱਚ ਆਏ ਆ ਵੀ ਜਦੋਂ ਹੁ ਡਿਟੇਲ ਦੇ ਵਿੱਚ ਸਟੇਟ ਡਿਪਾਰਟਮੈਂਟ ਜਾਰੀ ਕਰੂਗਾ ਉਹ ਚ ਕਹਿ ਰਹੇ ਨੇ ਕਿ ਸ਼ਾਇਦ ਕੁਝ ਜਿਹੜੇ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਰਿਲੈਕਸ ਕਰ ਦੇਣਗੇ ਕਿਉਂਕਿ ਉਹਨਾਂ ਨੇ ਪੜਨਾ ਹੁੰਦਾ ਪਰ ਸਭ ਤੋਂ ਜ਼ਿਆਦਾ ਇਹਦਾ ਜਿਹੜਾ ਜਿਹਨੂੰ ਕਹਿ ਲੋ ਵੀ ਅਸਰ ਪੈਣਾ ਉਹ ਵਿਸਟਰ ਵੀਜ਼ੇ ਤੇ ਪੈਣਾ ਸੋ ਵਿਸਟਰ ਵੀਜ਼ੇ ਦੀ ਜਿਹੜੀ ਆਉਣ ਦੀ ਲੋਕਾਂ ਦੀ ਹੈਗੀ ਆ ਉਹ ਟੋਟਲੀ ਬੰਦਾ ਪਰ ਜਿਹੜੇ ਯੂ ਐਸ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਆ ਸਕਣਗੇ ਉਹਨਾਂ ਤੇ ਵੀ ਇਹ ਪਾਬੰਦੀ ਹੋਏਗੀ ਕਿ ਉਹ ਪਹਿਲਾਂ ਉਥੋਂ ਕਰੋਨਾ ਟੈਸਟ ਕਰਾ ਕੇ ਆਉਣਗੇ 네ਗੇਟਿਵ ਜਿਹੜੀ ਕਿ ਰਿਕੁਆਇਰਮੈਂਟਾ ਹੁਣ ਅਮਰੀਕਾ ਦੀ ਵੀ 네ਗੇਟਿਵ ਟੈਸਟ ਕਰਾ ਕੇ ਆਓ ਫਿਰ ਇੱਥੇ ਆ ਕੇ ਉਹਨੂੰ ਕੁਆਰੰਟਾਈਨ ਕਰਨਾ ਪੈ ਸਕਦਾ ਉਹ ਸਟੇਟ ਡਿਪਾਰਟਮੈਂਟ ਜਾਰੀ ਕਰੇਗਾ ਪਰ 4 ਤਰੀਕ ਤੋਂ ਇਹ ਬੰਦਾ ਸੋ ਸਾਡੀ ਬੇਨਤੀ ਆ ਵੀ ਜੇ 4 ਤੋਂ ਪਹਿਲਾਂ ਪਹਿਲਾਂ ਕੋ ਆ ਸਕਦਾ ਤਾਂ ਬੈਟਰ ਆ ਜਾਵੇ ਨਹੀਂ ਫਿਰ ਬਾਅਦ ਦੇ ਵਿੱਚ ਜਿਹੜਾ ਸਿਟੀਜ਼ਨ ਤੇ ਗ੍ਰ ਪਰ ਪ੍ਰੋਬਲਮ ਫਲਾਈਟਾਂ ਦੀ ਆਏਗੀ ਜੀ 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 ਕਿ ਫਲਾਈਟਾਂ ਕਿੰਨੀਆਂ ਕੈਰ ਲਾਈਨਾਂ ਚਲਾਉਂਦੀਆਂ ਕਿੰਨੀਆਂ ਬੰਦ ਕਰਦੀਆਂ ਦੇਖਣ ਵਾਲੀ ਗੱਲ ਤੁਸੀਂ ਜਿੱਦਾਂ ਕਿਹਾ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਇਸ ਵੇਲੇ ਹੈਲਪ ਕਰ ਰਹੀਆਂ ਇਹਨਾਂ ਕੰਮਾਂ 'ਚ ਵੀ ਕਰੋਨਾ ਦੀ ਮਾਰ ਹਿੱਟ ਆਏ ਆ ਉਹਨਾਂ ਦੀ ਹੈਲਪ ਹੋ ਸਕੇ ਪਰ ਬਹੁਤ ਸਾਰੇ ਐਸੋਲੇ ਟ੍ਰੈਵਲ ਏਜੰਟ ਆ ਜਿਹੜੇ ਜਿਹੜੀ ਟਿਕਟ 50 60 ਹਜ਼ਾਰ ਦੀ ਟਿਕਟ ਸੀ ਉਹ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਨੂੰ ਐਸੋਲੇ ਟਿਕਟ ਵਿਕਰੀ ਆ ਤਾਂ ਕਿ ਲੋਕਾਂ ਨੂੰ ਪਤਾ ਵੀ ਅਸੀਂ 4 ਤਰੀਕ ਤੱਕ ਵਾਪਸ ਆਉਣਾ ਉਹਨਾਂ ਨੂੰ ਹਰ ਹਾਲ 'ਚ ਜਿਹੜੀ ਟਿਕਟਾਂ ਖਰੀ ਉਹ ਬਲੈਕ ਮਾਰਕੀਟਿੰਗ ਜਿਹੜੀ ਆ ਉਹ ਫਲਾਈਟਾਂ ਦਾ ਸ਼ੁਰੂ ਹੋ ਗਈ ਹੈ ਦੇਖੋ ਕਿੰਨੀ ਮਾੜੀ ਗੱਲ ਆ ਵੀ ਲੋਕਾਂ ਨੂੰ ਦਾ ਸਭ ਆਪਣਾ ਇਹ ਪਈ ਆ ਵੀ ਕਿਸੇ ਤਰੀਕੇ ਨਾਲ ਅਸੀਂ ਉੱਥੇ ਪਹੁੰਚ ਜਾਈਏ ਸਹੀ ਸਲਾਮਤ ਤੇ ਉਹ ਟਿਕਟ ਜਿਹੜੀ ਅੱਗੇ 50000 ਰੁਪਏ ਸੀ ਉਹ 4 4 5 5 ਲੱਖ ਦੀ ਹੋ ਗਈ ਆ ਕੱਲਾ ਇਹ ਹੀ ਨਹੀਂ ਤੁਸੀਂ ਇਹ ਦੇਖੋ ਵੀ ਆਕਸੀਜਨ ਦਾ ਸਿਲੰਡਰ ਜਿਹੜਾ ਅੱਗੇ ਮਤਲਬ ਜਿਹੜਾ ਮੁੱਲ ਅੱਗੇ ਕੁਛ ਹਜ਼ਾਰ ਰੁਪਈਆ ਦਾ ਮਿਲਦਾ ਸੀ ਉਹ ਹੀ ਹੁਣ 50 50000 ਦਾ ਤਾਂ ਉਹ ਵੀ ਨਹੀਂ ਮਿਲਦਾ ਈਵਨ ਜਿਹੜਾ ਟੀਕਾ ਹੁੰਦਾ ਉਹ ਮਤਲਬ ਦਵਾਈ ਦਾ ਜਿਹੜੀ ਕਿ ਕਰੋਨਾ ਨੂੰ ਕਹਿੰਦੇ ਅਸਰਦਾਰ ਹੈਗੇ ਹੈਗੀਆਂ ਦਵਾਈਆਂ ਉਹਨਾਂ ਜਿਹੜੇ ਟੀਕੇ ਨੇ ਉਹ ਪਹਿਲਾਂ 8-10 ਹਜ਼ਾਰ ਦੇ ਸੀਗੇ ਉਹ ਵੀ 50-50 ਹਜ਼ਾਰ ਦੇ ਆ ਮਤਲਬ ਦੱਸੋ ਲੋਕੀ ਇਹੋ ਜੇ ਟਾਈਮ ਦੇ ਵਿੱਚ ਵੀ ਹੈਲਪ ਤਾਂ ਕੀ ਕਰਨੀ ਆ ਉਹ ਜਿਹੜੇ ਪ੍ਰੋਫਿਟ ਕਮਾਉਣ ਦੇ ਲੱਗੇ ਆ ਕਿੱਡੀ ਮਾੜੀ ਗੱਲ ਹੈ ਜੀ ਬਿਲਕੁਲ ਇਹ ਸਰਕਾਰ ਨੂੰ ਵੀ ਚਾਹੀਦਾ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜੀ ਬਲੈਕ ਮਾਰਕੀਟਿੰਗ ਹੋ ਰਹੀ ਆ ਉਹ ਉੱਤੇ ਨੱਥ ਪਾਈ ਜਾਵੇ ਤਾਂ ਕਿ ਇਹ ਜਿਹੜੇ ਲੋਕ ਜਿਹੜੇ ਇਸ ਵੇਲੇ ਫਾਇਦਾ ਠਾਰ ਰਹੇ ਮਰਨ ਵਾਲਿਆਂ ਤੇ ਕਹਿ ਸਕਦੇ ਆ ਜਿਹੜੇ ਬਿਲਕੁਲ ਦੁਖੀ ਆ ਇਸ ਵੇਲੇ ਉਹਨਾਂ ਤੇ ਇਹ ਜਿਹੜਾ ਨਜ਼ਾਇਜ਼ ਫਾਇਦਾ ਠਾਇਆ ਰ ਉੱਤੇ ਠਲ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਅਗਲਾ ਸਟੈਪ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੀਆਂ ਹੋਈਆਂ ਇਲੈਕਸ਼ਨਾਂ ਦੀ ਗੱਲ ਕਰੀਏ ਥੋੜਾ ਜਿਹਾ ਹੋਰ ਆਪਾਂ ਇਮੀਗ੍ਰੇਸ਼ਨ ਸੰਬੰਧੀ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਆ ਉਹਨਾਂ ਨੇ ਸਵਾਲ ਪੁੱਛੇ ਸੀ ਕਿ ਜਿਹੜੀਆਂ ਇਧਰ ਲੀਆਂ ਇਮੀਗ੍ਰੇਸ਼ਨ ਆਫਿਸਰਸ ਕੀ ਉਹ ਖੁੱਲੇ ਦੇਖੋ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਆਫਿਸ ਤਾਂ ਖੁੱਲੇ ਆ ਉਹ ਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਉਹ ਉੱਥੇ ਇੰਟਰਵਿਊ ਚੱਲ ਰਹੀਆਂ ਨੇ ਉਹ ਤਾਂ ਬੜੀ ਦੇਰ ਤੇ ਖੁੱਲੇ ਨੇ ਇਮੀਗ੍ਰੇਸ਼ਨ ਕੋਟਾ ਵੀ ਖੁੱਲੀਆਂ ਨੇ ਸਵਾਏ ਨਿਊਯਾਰਕ ਦੀਆਂ ਕੋਟਾ ਤੋਂ ਉਹਦੇ ਬਾਰੇ ਮੈਂ ਦੱਸਦਾ ਵੀ ਨਿਊਯਾਰਕ ਦੇ ਮੇਅਰ ਨੇ ਕਿਹਾ ਵੀ 1 ਜੁਲਾਈ ਤੋਂ ਨਿਊਯਾਰਕ ਸਿਟੀ ਜਿਹੜੀ ਆ 100% ਓਪਨ ਹੋ ਜਾਏਗੀ ਸੋ ਜੇ ਨਿਊਯਾਰਕ ਸਿਟੀ 100% ਖੁੱਲਦੀ ਆ 1 ਜੁਲਾਈ ਤੋਂ ਤੇ ਜਿਹੜੀ ਇਮੀਗ੍ਰੇਸ਼ਨ ਕੋਟ ਉੱਥੇ ਬੰਦ ਆ ਉਹ ਵੀ ਖੁੱਲਣ ਦੀ ਉਮੀਦ ਹੈਗੀ ਆ ਪਰ ਜਿਹੜੀਆਂ ਕੋਟਾ ਖੁੱਲੀਆਂ ਵੀ ਨਹੀਂ ਇਮੀਗ੍ਰੇਸ਼ਨ ਦੀਆਂ ਉੱਥੇ ਜਿਹੜੀਆਂ ਮਾਸਟਰ ਡੇਟ ਉਹ ਸਾਰੀਆਂ ਅੱਗੇ ਆਲਮੋਸਟ ਹੋ ਰਹੀਆਂ ਜਾਂ ਟੈਲੀਫੋਨਿਕ ਹੀਅਰਿੰਗ ਹੋ ਰਹੀ ਆ ਜਿਹੜੀਆਂ ਫਾਈਨਲ ਡਾਟਾ ਨੇ ਇੰਡੀਵਿਜੂਅਲ ਉਹ ਮਤਲਬ ਪੈਰੀਆਂ ਨੇ ਅਧਿਆਂਕ ਵੀ 50% ਕਰ ਲੈਂਦੇ ਆ ਡੇਟ ਅੱਗੇ ਦੇ ਦਿੰਦੇ ਆ ਉਹਦਾ ਕਾਰਨ ਇਹ ਆ ਕਿ ਜਿਹੜੇ ਇਮੀਗ੍ਰੇਸ਼ਨ ਕੋਟਾ ਹੁੰਦੀਆਂ ਉਥੇ ਵੈਂਟੀਲੇਸ਼ਨ ਉਸ ਕਿਸਮ ਦੀ ਜਿਵੇਂ ਤਾਕੀਆਂ ਬਾਰੀਆਂ ਨਹੀਂ ਹੁੰਦੀਆਂ ਤੇ ਉਹ ਐਡਿਕਦੇ ਨੇ ਵੀ ਸਾਰਿਆਂ ਨੂੰ ਵੈਕਸੀਨੇਸ਼ਨ ਹੋ ਜਵੇ ਕਿਉਂਕਿ ਜੇ ਇੱਕ ਇੱਕ ਦੋ ਬੰਦੇ ਨੂੰ ਵੀ ਕਰੋਨਾ ਪੋਜ਼ਿਟਿਵ ਹੋਣ ਉਥੇ ਆਏ ਹੋਣ ਉਹ ਸਾਰਿਆਂ ਨੂੰ ਕਰ ਸਕਦੇ ਆ ਤਾਂ ਉਹਦੇ ਕਰਕੇ ਜੇ ਹੁਣ ਜਿਵੇਂ ਉਹ ਟੀਚਾ ਅਮਰੀਕਾ ਦਾ ਹੈਗਾ ਵੀ ਜੁਲਾਈ ਤੱਕ ਇਹਨਾਂ ਨੇ 80 90% ਬੰਦਿਆਂ ਤਾਂ ਉਹਦੇ ਨਾਲ ਫਿਰ ਹਰਡ ਇਮਿਊਨਿਟੀ ਕਰਕੇ ਇਹ ਹੋਊਗਾ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਕੋਟਾ ਵਗੈਰਾ ਸਾਰੀਆਂ ਪੂਰਨ ਤੌਰ ਤੇ ਖੁੱਲ ਜਾਣਗੀਆਂ ਲੇਕਿਨ ਅਜੇ ਤੱਕ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਬੰਦ ਆ ਬਾਕੀ ਸਾਰੀਆਂ ਖੁੱਲੀਆਂ ਐ ਤੇ ਨਾਲ ਨਾਲ ਹੀ ਜਿਹੜਾ ਅਗਲਾ ਸਵਾਲ ਮਿਲਦਾ ਜੁਲਦਾ ਉਹ ਇਹ ਹੈ ਕਿ ਜਿਹੜੀਆਂ ਆਊਟ ਆਫ ਅਮਰੀਕਾ ਜਿਹੜੀਆਂ ਐਮਬੈਸੀਜ਼ ਜਿਵੇਂ ਖਾਸ ਕਰਕੇ ਇੰਡੀਆ ਚ ਉਹਦੇ ਕੀ ਅਪਡੇਟ ਹੈਗੇ ਐ ਇਸ ਵੇਲੇ ਰੰਧਾਵਾ ਸਾਹਿਬ ਜਿਹੜੀ ਮੁੰਬਈ ਦੀ ਐਮਬੈਸੀ ਆ ਉੱਥੇ ਸਾਰੀਆਂ ਹੀਰਿੰਗਸ ਕੈਨਸਲ ਹੋ ਗਈਆਂ April ਤੇ May ਦੀਆਂ ਸਾਡੇ ਆਪਣੇ ਕੁਝ ਕੇਸ ਲੱਗੇ ਸੀ ਡੇਟਾ ਸੀ ਵਿਆਹ ਵਾਲੇ ਕੇਸਾਂ ਦੀਆਂ ਕੁਝ ਅਪ੍ਰੈਲ ਚ ਸੀ ਕੁਝ ਮਈ ਚ ਵੀ ਸੀਗੀਆਂ ਉਹ ਸਾਰੀਆਂ ਕੈਨਸਲ ਹੋ ਗਈਆਂ ਤੇ ਮੈਨੂੰ ਲੱਗਦਾ ਵੀ ਸ਼ਾਇਦ ਜੂਨ ਚ ਵੀ ਹੋਣ ਕਿਉਂਕਿ ਜੋ ਹਾਲਤਾ ਉੱਥੇ ਉਹ ਜਿੰਨੀ ਦੇਰ ਕੰਟਰੋਲ ਨਹੀਂ ਹੁੰਦੀ ਉੱਥੇ ਇੰਟਰਵਿਊ ਦਾ ਮੌਕਾ ਮਤਲਬ ਨਹੀਂ ਇਹੀ ਕਾਰਨਾਂ ਕਿ ਮੈਂ ਦੱਸੂਗਾ ਤੁਹਾਨੂੰ ਅੱਗੇ ਵੀਜ਼ਾ ਬੁਲਟਨ ਚ ਕਿ ਜਿਹੜੀਆਂ ਨੰਬਰਸ ਹੈਗੇ ਜਿਆਦਾ ਮੂਵ ਨਹੀਂ ਹੋਏ ਕਿ ਜਿਹੜਾ ਹੁਣ ਮਈ ਦਾ ਵੀਜ਼ਾ ਬੁਲਟਨ ਆਇਆ ਉਹਦੇ ਵਿੱਚ ਨੰਬਰ ਜਿਹੜੇ ਹੈਗੇ ਆ ਉਹ ਜਿੰਨੇ ਮੂਵ ਹੋਣੇ ਚਾਏ ਸੀ ਉਹਨੇ ਹੋਏ ਨਹੀਂ ਕਿਉਂਕਿ ਇੰਟਰਵਿਊਜ਼ ਹੀ ਨਹੀਂ ਹੋਈਆਂ ਸੋ ਹੁਣ ਅਪ੍ਰੈਲ ਤੇ ਮਈ ਦੇ ਵਿੱਚ ਤਾਂ ਉਹਨੇ ਸਾਰੀਆਂ ਕੈਨਸਲ ਕਰਤੀਆਂ ਜੂਨ ਦਾ ਦੇਖਦੇ ਆ ਕੀ ਕਰਦੇ ਆ ਲੇਕਿਨ ਪੋਸਿਬਿਲਟੀ ਹੈਗੀ ਸ਼ਾਇਦ ਜੂਨ ਚ ਵੀ ਕੈਨਸਲ ਕਰ ਦੇਣ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਇਹ ਵੀ ਪੁੱਛਿਆ ਕਿ ਜਿਹੜਾ ਬੰਦ ਪਈਆਂ ਐਮਬੈਸੀਆਂ ਇਸ ਵੇਲੇ ਜਿਹੜੀਆਂ ਇੰਡੀਆ ਚ ਜਿਹੜਾ ਬੈਕਲੌਗ ਆ ਉਹ ਪੂਰਾ ਕਰਨ ਲਈ ਕੋਈ ਸੰਭਾਵਨਾ ਹੈ ਕੋਈ ਅਗੋਂ ਕੋਈ ਸਪੀਡ ਵਧਾਉਣਗੇ ਜਦੋਂ ਸਾਰਾ ਕੁਝ ਖੁੱਲ ਜਾਏਗਾ ਲੱਗਦਾ ਨਹੀਂ ਕਿਉਂਕਿ ਇਸ ਤਰ੍ਹਾਂ ਆ ਕਿ ਕਿਉਂਕਿ ਹਰੇਕ ਕੇਸ ਦੀ ਪ੍ਰੋਸੈਸਿੰਗ ਨੂੰ ਜਿਹੜਾ ਟਾਈਮ ਲੱਗਦਾ ਜੋ ਲੱਗਦਾ ਉਹ ਲੱਗਣਾ ਹੀ ਆ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ ਆ ਜਾਂ ਐਮਬੈਸੀ ਜਿਹੜੀ ਆ ਉਹ ਆਪਣੀਆਂ ਜਿਹੜੀਆਂ ਜਿਹੜੀ ਸਪੀਡ ਹੈਗੀ ਡਬਲ ਕਰ ਦੂਗੀ ਉਹਨੂੰ ਕਿਉਂਕਿ ਉਹਨੂੰ ਬੈਕਲੌਗ ਕੱਢਣ ਵਾਸਤੇ ਜੇ ਉਹ ਤੇ ਆਉਣਾ ਸਪੀਡ ਬਹੁਤ ਤੇਜ਼ ਕਰਨੀ ਪੈਣੀ ਆ ਉਹ ਅਜੇ ਤਾਂ ਨਹੀਂ ਲੱਗਦਾ ਪਰ ਅਲਟੀਮੇਟਲੀ ਜਦੋਂ ਕਰੋਨਾ ਦਾ ਜਿਹੜਾ ਹੈਗਾ ਉਹ ਕੈਰ ਘਟ ਜਾਊਗਾ ਤਾਂ ਤੇਜ਼ ਹੋ ਸਕਦਾ ਜੇ ਇੰਨਾ ਹੀ ਵੱਡਾ ਵੀ ਸ਼ੁਰੂ ਹੋ ਜAVE ਕੰਮ ਤੇ ਹੌਲੀ ਹੌਲੀ ਕੋਈ ਕਹਿੰਦਾ ਜਿਹੜੀ ਫਸਟ ਪ੍ਰਾਇੋਰਟੀ ਉਹ ਹੈਗੀ ਜਿਹੜੇ ਯੂ ਐਸ ਸਿਟੀਜ਼ਨ ਦੇ ਹਸਬੰਡ ਵਾਈਫ ਦੇ ਕੇਸ ਆ ਉਹ ਉਹਨਾਂ ਦੀ ਕੋਈ ਹੈਵੀ ਫਸਟ ਪ੍ਰੈਫਰੈਂਸ ਕੈਟਗਰੀ ਆ ਓਕੇ ਤੇ ਜਿਹੜੇ ਆ ਭਰਾ ਭੈਣ ਵਾਲੇ F4 ਆ ਜਾਂ ਜਿਹੜੇ ਮੈਰਿਡ ਸਿਟੀਜ਼ਨ ਦੇ ਹੈਗੇ ਜਾਂ ਗ੍ਰੀਨ ਇਹਨਾਂ ਨੂੰ ਹੌਲੀ ਹੌਲੀ ਕਰਦੇ ਆ ਓਕੇ ਤੋਂ ਜਦੋਂ ਹੁਣ ਸ਼ੁਰੂ ਹੋਊਗਾ ਹੁਣ ਕਰੋਨਾ ਹੀ ਬਲਾ ਦਾ ਨਹੀਂ ਇਹ ਨਹੀਂ ਪਤਾ ਵੀ ਇੰਡੀਆ ਚ ਕੰਟਰੋਲ ਕਦੋਂ ਹੋਣਾ ਜੀ ਤੇ ਜਦੋਂ ਹੋਣਾ ਉਸ ਤੋਂ ਬਾਅਦ ਇਹ ਇੰਟਰਵਿਊ ਹੋਣੀ ਆ ਤੇ ਉਮੀਦ ਤਾਂ ਅਸੀਂ ਰੱਖਦੇ ਆ ਕਿ ਇਹ ਫਾਸਟ ਹੋਵੇ ਜੀ ਪਰ ਅਜੇ ਮੈਨੂੰ ਲੱਗ ਨਹੀਂ ਰਿਹਾ ਹੁਣ ਆਏ ਹਿੰਦੁਸਤਾਨ ਦੀ ਰਾਜਨੀਤੀ ਚ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਲੋਕ ਸੀ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਬੜਾ ਡਿਪੈਂਡੈਂਟ ਸੀ ਇਹਨਾਂ ਇਲੈਕਸ਼ਨਾਂ ਤੇ ਜਿਹੜੀਆਂ ਪੰਜ ਸਟੇਟਸ ਉੱਥੇ ਇਲੈਕਸ਼ਨ ਹੋਈਆਂ ਚਾਹੇ ਉਹ ਬੰਗਾਲ ਪੌਂਡੀਚਰੀ ਆ ਅਸਾਮ ਜਾਂ ਉਧਰ ਸਾਊਥ ਚ ਕੇਰਲਾ ਜਾਂ ਹੋਰ ਤਾਮਿਲਨਾਡੂ ਤਾਮਿਲਨਾਡੂ ਆ ਤੇ ਇਹ ਇਹ ਲੋਕ ਚਾਹੁੰਦੇ ਸੀਗੇ ਜੇ ਉੱਥੇ ਜਿਹੜੀ ਮੌਜੂਦਾ ਸਰਕਾਰ ਮੋਦੀ ਸਰਕਾਰ ਜੇ ਨਾ ਹੋਵੇ ਤੇ ਚੰਗਾ ਕਿਉਂਕਿ ਉਹਦਾ ਇਫੈਕਟ ਜਿਹੜਾ ਉਹ ਕਿਸਾਨ ਅੰਦੋਲਨ ਤੇ ਪੈ ਸਕਦਾ ਚੰਗੀ ਚੰਗੀ ਗੱਲ ਹੋਵੇ ਜੇ ਉੱਥੇ ਮੋਦੀ ਦੇ ਬੰਦੇ ਜਾਂ ਮੋਦੀ ਦੇ ਜਿਹੜੇ ਅਸੈਂਬਲੀ ਨਾਂ ਜਿੱਤਣ ਹੁਣ ਉਹ ਰਿਜ਼ਲਟ ਆ ਗਏ ਆ ਕੀ ਅਪਡੇਟ ਲੱਗੇ ਉਹਦੇ ਬਾਰੇ ਬੰਦਾਵਾ ਸਾਹਿਬ ਇਸ ਤਰ੍ਹਾਂ ਕਿ ਜਿਹੜੀ ਇਲੈਕਸ਼ਨ ਹੋਈ ਸੀ ਜਿਵੇਂ ਤਾਮਿਲਨਾਡੂ ਚ ਹੋਈ ਆ ਵੈਸਟ ਬੰਗਾਲ ਚ ਹੋਈ ਆ ਜੀ ਜੀ ਕੇਰਲਾ ਚ ਹੋਈ ਆ ਇਦੋਂ ਇਲਾਵਾ ਜਿਹੜੀ ਹੈਗੇ ਸਾਮ ਚ ਹੋਈ ਆ ਤੇ ਪੋਂਡੂਚਰੀ ਚ ਹੋਈ ਆ ਇਹਨਾਂ ਚ ਇਲੈਕਸ਼ਨਾਂ ਸੀਗੀਆਂ ਲੇਕਿਨ ਉਹ ਜਿਹੜੀਆਂ ਬਾਕੀ ਸਟੇਟਾਂ ਸੀ ਉਹਨਾਂ ਚ ਐਕਸਪੈਕਟਿਡ ਸੀਗਾ ਜੀ ਕਿ ਕੇਰਲ ਦੇ ਵਿੱਚ ਇਹ ਸੀਗਾ ਵੀ ਜਿਹੜੀ ਲੈਫਟ ਦੀ ਸਰਕਾਰ ਆ ਬੜੀ ਪਪੂਲਰ ਸੀ ਤੇ ਉਹ ਦੁਬਾਰਾ ਫੇਰ ਰੀਪੀਟ ਕਰੂਗੀ ਆਸਾਮ ਚ ਇਹ ਸੀ ਵੀ ਬੀਜੇਪੀ ਦੀ ਸਰਕਾਰ ਰੀਪੀਟ ਕਰੇਗੀ ਤੇ ਤਾਮਿਲਨਾਡੂ ਦੇ ਵਿੱਚ ਮੀ ਸੀ ਵੀ ਡੀਐਮਕੇ ਦੀ ਲੈਂਡਸਲਾਈਡ ਹੋਏਗੀ ਪਰ ਉਹ ਨਹੀਂ ਹੋਈ ਪਰ ਫੇਰ ਵੀ ਡੀਐਮਕੇ ਜਿੱਤ ਗਈ ਇਹ ਵੀ ਐਕਸਪੈਕਟਿਡ ਸੀਗਾ ਤੇ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਉਹ ਸੀ ਵੈਸਟ ਬੰਗਾਲ ਜੀ ਵੈਸਟ ਬੰਗਾਲ ਦੇ ਵਿੱਚ ਭਾਜਪਾ ਨੇ ਆਪਣਾ ਪੂਰਾ ਜ਼ੋਰ ਲਾਇਆ ਸੀ 100% ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਵੀ ਵੈਸਟ ਬੰਗਾਲ ਕਿਉਂਕਿ ਜਿਹੜੀ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀਗੀ 19 'ਚ ਉਹਦੇ 'ਚ ਵੈਸਟ ਬੰਗਾਲ ਤੋਂ ਉਹਨਾਂ ਨੂੰ ਬੜੇ ਵਧੀਆ ਰਿਜ਼ਲਟ ਆਏ ਉਹਦੇ ਕਰਕੇ ਉਹਨਾਂ ਨੂੰ ਲੱਗਿਆ ਵੀ ਅਸੀਂ ਜਿੱਤ ਸਕਦੇ ਹਾਂ ਇੱਕੋ ਸਰਕਾਰ ਬੜੇ ਸਾਲਾਂ ਤੋਂ ਚੱਲ ਰਹੀ ਸੀਗੀ ਤੇ ਉਹਨਾਂ ਨੂੰ ਇਹ ਸੀਗਾ ਵੀ ਜਿਹੜੀ ਸਰਕਾਰ ਹੈਗੀ ਮਮਤਾ ਬੈਂਰਜੀ ਦੀ ਵੀ ਐਨੇ ਸਾਲ ਹੋ ਗਏ ਐਂਟੀ ਇਨਕੰਮਪੈਂਸੀ ਹੋਏਗੀ ਪਾਰਾ ਜਿਹੜੇ ਰਿਜ਼ਲਟ ਉੱਥੋਂ ਆਏ ਆ ਜਿਹੜੇ ਹੁਣ ਅੱਜ ਦੀ ਖਬਰ ਆ ਵੀ 214 215 ਸੀਟਾਂ ਜਿਹੜੀ TMC ਲੈ ਗਈ ਆ ਤੇ ਉਹ ਇੱਕ ਬਹੁਤ ਹੀ ਇਨਕਰੇਜਿੰਗ ਗੱਲ ਹੈਗੀ ਆ ਤੇ ਕਿਸਾਨਾਂ ਨੇ ਵੀ ਜਾ ਕੇ ਉੱਥੇ ਹੈਲਪ ਕੀਤੀ ਉਹਨਾਂ ਨੇ ਜਾ ਕੇ ਜਿਹੜੀ ਹੈਗੀ ਆ ਉਹ ਤੁਸੀਂ ਦੇਖੋ ਵੀ ਮਿਲ ਕੰਪੇਨਿੰਗ ਕੀਤੀ ਤੇ ਕਿਸਾਨ ਅੰਦੋਲਨ ਵਾਲੇ ਨੂੰ ਆਪਾਂ ਜੋੜ ਕੇ ਗੱਲ ਕਰਦੇ ਹਾਂ ਇੰਪੋਰਟੈਂਟ ਹੈ ਇਸ ਕਰਕੇ ਰੰਧਾਵਾ ਸਾਹਿਬ ਕਿ ਕਿਸਾਨਾਂ ਨੇ ਇਹਦੀ ਜਿਹੜੀ ਹੈਗੀ ਆ ਉਹ ਜਾ ਕੇ ਸਪੋਰਟ ਕੀਤੀ TMC ਦੀ ਤੇ ਜੇ TMC ਹਾਰ ਜਾਂਦੀ BJP ਉਥੋਂ ਜਿੱਤ ਜਾਂਦੀ ਤਾਂ ਇਹ ਲੱਗਣਾ ਸੀ ਵੀ ਕਿਸਾਨਾਂ ਦੇ ਅੰਦੋਲਨ ਦੀ ਕੋਈ ਖਾਸ ਪੋਰਟ ਜਾਂ ਵੈਲਿਊ ਨਹੀਂ ਪਰ ਉਹਦਾ ਵੀ ਕਿਤੇ ਨਾ ਕਿਤੇ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਬਲਕਿ ਮੈਂ ਤਾਂ ਇਹ ਵੀ ਕਹੂੰਗਾ ਵੀ ਕਿਸਾਨਾਂ ਨੂੰ ਹੁਣ ਚਾਹੀਦਾ ਹੁਣ ਦੇਖੋ ਇਹ ਤਾਂ ਹੋ ਗਿਆ ਪੂਰਾ ਇਸ ਤੋਂ ਬਾਅਦ ਹੁਣ ਪੰਜਾਬ ਤੇ UP ਦੀ ਇਲੈਕਸ਼ਨ ਆਉਂਦੀ ਅਗਲੇ ਸਾਲ ਜੀ ਜੀ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੂੰ ਚਾਹੀਦਾ ਵੀ ਉਹ ਇੱਕ ਆਪਣੀ ਪਾਰਟੀ ਬਣਾਉਣ ਇੱਕ ਸੰਗਠਨ ਬਣਾਉਣ ਜੀ ਤੇ ਸਿਆਸਤ ਦੇ ਵਿੱਚ ਕੁਦਣ ਜਿਵੇਂ ਨਵਜੋਤ ਸਿੱਧੂ ਕਹਿੰਦੇ ਨੇ ਜਾਂ ਕਈ ਜਿਹੜੇ ਹੈਗੇ ਫਿਲਮ ਐਕਟਰਸ ਵਗੈਰਾ ਯੋਗਰਾਜ ਸਿੰਘ ਹੁਣੀ ਵੀ ਕਹਿੰਦੇ ਨੇ ਇਹ ਗੱਲ ਤੇ ਦੀਪ ਸਿੱਧੂ ਵੀ ਕਹਿ ਰਿ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਇਹ ਇਹਦੇ ਵਿੱਚ ਵੀ ਆਪਣਾ ਜਿਹੜਾ ਯੋਗਦਾਨ ਪਾਉਣ ਵੀ ਉਹੀ ਜਿਹੜੀਆਂ ਪੁਰਾਣੀ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਲੋਕ ਆਖ ਚੁੱਕੇ ਨੇ ਤੇ ਲੋਕੀ ਨਵੀਂ ਲੀਡਰਸ਼ਿਪ ਚਾਹੁੰਦੇ ਆ ਤੇ ਨਵੇਂ ਵਿਚਾਰ ਚਾਹੁੰਦੇ ਨੇ ਤੇ ਇਹਨਾਂ ਨੂੰ ਚਾਹੀਦਾ ਕਿਸਾਨਾਂ ਨੂੰ ਕਿ ਨਵਜੋਸ਼ ਸਿੱਧੂ ਵਰਗੇ ਬੰਦਿਆਂ ਨੂੰ ਨਾਲ ਲੈ ਕੇ ਇੱਕ ਆਪਣਾ ਫਰੰਟ ਬਣਾ ਕੇ ਉੱਥੇ ਵੀ ਕਰਨ ਉੱਥੇ ਉਹਨੂੰ ਅਣਗਹਿਲਾ ਨਾ ਕਰਨ ਹੁਣ ਜੋ ਕਾਮਯਾਬੀ ਵੈਸਟ ਬੰਗਾਲ ਚ ਮਿਲੀ ਹੈ ਉਹ ਪੰਜਾਬ ਚ ਵੀ ਮਿਲਣੀ ਚਾਹੀਦੀ ਆ ਜੀ ਜੀ ਤੇ ਅੱਗੇ ਫਿਰ ਜਿਹੜਾ ਬਾਕੀ ਸਮਾਂ ਦੱਸੇਗਾ ਵੀ ਦੋਸਤੋ ਇਹ ਸੀ ਯੂਐਸ ਪੋਲਿਟਿਕਸ ਐਂਡ ਇਮੀਗ੍ਰੇਸ਼ਨ ਦਾ ਪਹਿਲਾ ਪਾਗ ਇਹਦੇ ਵਿੱਚ ਅਸੀਂ ਯੂਐਸਡੀ ਇਮੀਗ੍ਰੇਸ਼ਨ ਬਾਰੇ ਗੱਲਾਂ ਮਤਾਂ ਕੀਤੀਆਂ ਉਹਦੇ ਵਿੱਚ ਜੋ ਵੀ ਅਪਡੇਟਸ ਆਈਆਂ ਚਾਹੇ ਉਹ ਇਮੀਗ੍ਰੇਸ਼ਨ ਬਬਲ ਸੀ ਉਸ ਦੇ ਨਾਲ ਨਾਲ ਅਸੀਂ ਹਿੰਦੁਸਤਾਨ ਦੀ ਪੋਲਿਟਿਕਸ ਕਿਉਂਕਿ ਕਾਫੀ ਪੱਖੀ ਹੋਈ ਸੀ ਕਿਸਾਨਾਂ ਕਰਕੇ ਉਹ ਵੀ ਅਸੀਂ ਇਸ ਵਿੱਚ ਸਤਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਤੋਂ ਬਹੁਤ ਪਰਪੂਰ ਜਾਣਕਾਰੀ ਲਈ ਆ ਹੁਣ ਵੇਲਾ ਹੋਰ ਚੱਲਿਆ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਸੰਬੰਧੀ ਸਵਾਲਾਂ ਦੇ ਜਵਾਬ ਦੇ ਹੁੰਦਾ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਬਣੇ ਰਹੋ ਪੰਜਾਬ ਮੀਲ ਯੂਐਸਏ ਟੀਵੀ ਨਾਲ Jaspreet Singh Attorney at Law New York and California Immigration Deportation Defense Appeals Family Law ate bankarapsi lai sampark karo more than 17 years of legal experience Jaspreet Singh Attorney at Law US Immigration and Proteks de is episode vich ikk wari fair aap da swagat hai assi pehle episode vich US Immigration bare gallan batta kitiyan ode vich assi Hindustan ch tarian jaddiyan ਪੰਜ ਸਟੇਟਸ ਵਿੱਚ ਇਲੈਕਸ਼ਨ ਹੋਈਆਂ ਉਹਦੇ ਬਾਰੇ ਵਿੱਚ ਦਾ ਜਸਪ੍ਰੀਤ ਸਿੰਘ ਟੋਨੀ ਅਡਲਾ ਤੋਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਈ ਹੈ ਤੇ ਹੁਣ ਅਸੀਂ ਦੂਜੇ ਐਪੀਸੋਡ ਵਿੱਚ ਇਹ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਤੁਹਾਡੇ ਸਵਾਲ ਆ ਉਹਨਾਂ ਦਾ ਜਵਾਬ ਲੈ ਕੇ ਤੁਹਾਡੇ ਤੱਕ ਪਹੁੰਚਾਵਾਂਗੇ ਉਸ ਦੇ ਨਾਲ ਨਾਲ ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਮਹੀਨੇ ਦੇ ਸ਼ੁਰੂ ਵਿੱਚ ਮਈ ਮਹੀਨਾ ਆ ਗਿਆ ਤੇ ਵੀਜ਼ਾ ਬੁਲੇਟਿਨ ਜਿਹੜਾ ਉਹ ਬਿਲਕੁਲ ਅਪਡੇਟ ਕਰ ਦਿੱਤਾ ਅਮਰੀਕਨ ਗਵਰਨਮੈਂਟ ਨੇ ਤੇ ਉਹ ਉਸ ਦੀ ਜਿਹੜੀ ਜਾਣਕਾਰੀ ਆ ਉਹ ਵੀ ਸਰ ਜਸਪ੍ਰੀਤ ਸਿੰਘ ਹੋਰੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਇਹ ਪਹਿਲਾਂ ਦੱਸ ਦਵਾਂ ਕਿ ਜਿਹੜੀ ਵੀਜ਼ਾ ਬਲਿਟਨ ਉਹ ਹੁੰਦਾ ਕਿ ਜੇ ਫਰਜ ਕੀਤਾ ਤੁਸੀਂ ਤੁਹਾਡੀ ਜਿਹੜੀ ਕੈਟਾਗਰੀ ਆ F4 ਕੈਟਾਗਰੀ ਆ ਉਹਦੇ ਵਿੱਚ ਉਹ ਇਹ ਦੱਸਦੇ ਆ ਕਿ ਕਿਹੜਾ ਮਹੀਨਾ ਕਿਹੜਾ ਸਾਲ ਚੱਲ ਰਿਹਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਇਹੋ ਪੁੱਛਦੇ ਆ ਕਿ ਸਾਡੀ ਐਨੇ ਤਰੀਕ ਨੂੰ ਅਸੀਂ ਅਪਲਾਈ ਕੀਤਾ ਸੀਗਾ ਤੇ ਸਾਡੀ ਹਲੇ ਵਾਰੀ ਨਾ ਕਦੋਂ ਆਊਗੀ ਜੇ ਤੁਹਾਨੂੰ ਅੱਜ ਜਿਵੇਂ ਉਹ ਦੱਸ ਦਿੰਦੇ ਆ ਕਿ F4 ਦੀ ਕੈਟਾਗਰੀ ਜਾਂ F3 ਦੀ ਕੈਟਾਗਰੀ ਆ ਉਹਦੀ ਡੇਟ ਕੀ ਚੱਲ ਰਹੀ ਆ ਉਹਦੇ ਅਨੁਸਾਰ ਹੀ ਸਮਝ ਲਿਓਗੇ ਤੁਹਾਡੇ ਜਿਹੜੇ ਆ ਉਹ ਜਵਾਬ ਮਿਲ ਚੁੱਕੇ ਆ ਹਾਂਜੀ ਸਰ ਅ ਦਾਵਾ ਸਾਹਿਬ ਜਿਹੜੀ ਮਈ ਦਾ ਬਿਲਟਨ ਆਇਆ ਇਹਦੇ ਵਿੱਚ F4 ਜਿਹੜੀ ਕੈਟਾਗਰੀ ਭਰਾ ਭੈਣ ਵਾਲੀ ਕੈਟਾਗਰੀ ਆ ਉਹਦਾ ਚੱਲ ਰਿਹਾ ਜੀ 15 April 2005 ਜੀ ਐਫ 3 ਕੈਟਾਗਰੀ ਹੈਗੀ ਜਿਹੜੇ ਮੈਰਿਡ ਬੱਚਿਆਂ ਦਾ ਯੂਐਸ ਸਿਟੀਜ਼ਨ ਅਪਲਾਈ ਕਰਦੇ ਆ ਉਹ ਚੱਲ ਰਿਹਾ 22 ਅਗਸ 2008 ਐਫ 2 ਬੀ ਕੈਟਾਗਰੀ ਹੈਗੀ ਜਿਹੜੇ ਅਨਮੈਰਿਡ ਬੱਚੇ ਨੇ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਉਹਦਾ ਚੱਲ ਰਿਹਾ 15 ਅਗਸ 2015 ਤੇ ਐਫ 2 ਏ ਕੈਟਾਗਰੀ ਹੈਗੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੰਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ ਉਹ ਕਰੰਟ ਆ ਤੇ ਐਫ 1 ਕੈਟਾਗਰੀ ਜਿਹੜੀ ਆ ਉਹ 22 ਅਕਤੂਬਰ 2014 ਹੁਣ ਇਹਦੇ ਚ ਜਿਹੜੇ ਨੰਬਰ ਹੈਗੇ April ਦੇ ਮੁਕਾਬਲੇ ਦੇ ਵਿੱਚ ਉਹ ਜ਼ਿਆਦਾ ਮੂਵ ਨਹੀਂ ਹੋਏ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਪ੍ਰੈਲ ਦੀ ਜਿਹੜੀ ਵੀਜ਼ਾ ਬੁਲਟਨ ਸੀਗਾ ਉਹ ਚੰਦਾਵਾ ਸਾਹਿਬ ਜਿਹੜੇ ਨੰਬਰ ਇਹੀ ਸੇਮ ਸੀ ਉਹ ਜਿਹੜਾ F4 ਕੈਟਾਗਰੀ ਸੀਗੀ ਜੀ 8 ਅਪ੍ਰੈਲ 2005 F3 ਸੀਗੀ 8 ਅਗਸਤ 2008 F2B ਸੀਗੀ 8 ਅਗਸਤ 2015 F2A ਦਾ ਕਰੰਟ ਹੀ ਸੀ ਤੇ F1 ਸੀਗੀ 8 ਅਕਤੂਬਰ 2014 ਸੋ ਜੀ ਦੇਖੋ तकरीबन ਉਹੀ ਮਹੀਨੇ ਚੱਲ ਰਹੇ ਆ ਆਲਮੋਸਟ 15 ਦਿਨ ਦਾ ਹੀ ਫਰਕ ਪਿਆ ਉਹ ਤਾਂ ਜ਼ਿਆਦਾ ਮੂਵ ਨਹੀਂ ਹੋਏ ਉਹ ਜ਼ਿਆਦਾ ਮੂਵ ਤੇ ਜਿਹੜੀਆਂ ਹੁਣ NVC ਜਿਹੜੇ ਡਾਕੂਮੈਂਟਸ ਲੈ ਰਹੀ ਆ ਕਿਉਂਕਿ ਜਦੋਂ ਕੋਈ ਕਿਸੇ ਦਾ ਕੇਸ ਜਿਹੜਾ ਹੁੰਦਾ ਉਹਦੀ ਪ੍ਰਾਇੋਰਟੀ ਨੜੇ ਆਉਂਦੀ ਤਾਂ ਐਨਵੀਸੀ ਜਿਹੜੇ ਆ ਆਫੀਸਾ ਮੰਗਦੀ ਆ ਉਹਦੇ ਨਾਲ ਨਾਲ ਡਾਕੂਮੈਂਟ ਜਿਵੇਂ ਸਿਵਲ ਡਾਕੂਮੈਂਟ ਹੁੰਦੇ ਆ ਤੁਹਾਡਾ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਪੁਲਿਸ ਕਲੀਅਰੈਂਸ ਰਿਪੋਰਟਾਂ ਪਾਸਪੋਰਟ ਕਲੀਅਰੈਂਸ ਐਫੀਡੇਵਟਸ ਪੋਰਟ ਉਹ ਮੰਗੇ ਜਾਂਦੇ ਆ ਉਹ ਕਿਹੜੀਆਂ ਡੇਟਾਂ ਦੇ ਮੰਗੇ ਜਾ ਰਹੇ ਨੇ ਐਫ 4 ਦੇ ਵਿੱਚ ਮੰਗੇ ਜਾ ਰਹੇ ਆ ਡਿਸੰਬਰ 1 2005 ਤੱਕ ਦੇ ਐਫ 3 ਵਿੱਚ ਮੰਗੇ ਜਾ ਰਿਹਾ 22 ਜੂਨ 2009 ਐਫ 2 ਬੀ ਚ ਹੈਗਾ 22 ਜੂਨ 2016 F2A ਜਗਾ 1 April 2021 ਤੇ F1 ਚ ਹੈਗਾ October 1 2015 ਸੋ ਇਹਨਾਂ ਡੇਟਾਂ ਤੱਕ ਜਿਹਨੇ ਅਪਲਾਈ ਕੀਤਾ ਉਹਨਾਂ ਕੋਲੋਂ NVC ਡਾਕੂਮੈਂਟ ਮੰਗ ਰਹੀ ਜੇ ਕਿਸੇ ਨੇ ਨਹੀਂ ਮੰਗ ਰਹੀ ਤੇ ਉਹਨਾਂ ਨੂੰ ਚਾਹੀਦਾ ਉਹਨਾਂ ਨਾਲ ਕੰਟੈਕਟ ਕਰ ਹਾਂਜੀ ਹੁਣ ਆਪਾਂ ਸਵਾਲਾਂ ਦਾ سلسلہ ਸ਼ੁਰੂ ਕਰਦੇ ਹਾਂ ਤੇ ਪਹਿਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਆ ਕਿ ਉਹ 28 ਸਾਲਾਂ ਦੇ ਹਨ F4 ਕੈਟਾਗਰੀ ਚ CSPA ਅਨਸਾਰ ਕੈਲਕੂਲੇਟ ਕੀਤਾ ਸੀ ਪਰ ਉਸ ਅਨਸਾਰ ਉਹ ਪੂਰੇ ਨਹੀਂ ਉਤਰੇ ਕੀ ਕੋਈ ਹੋਰ ਤਰੀਕਾ ਹੈ US ਆਉਣ ਦਾ ਜਾਂ ਕੋਈ ਅਟਾਰਨੀ ਉਸ ਦੇ ਲਈ ਕੋਈ ਹੈਲਪ ਕਰ ਸਕਦਾ ਇਹਦੇ ਚ ਹਸਬੈਂਡ ਜਿਹੜੇ ਹੈਗੇ ਆ ਜਾਂ ਵਾਈਫ ਉਹਨਾਂ ਦੀ ਕੈਟਾਗਰੀ ਨਹੀਂ ਹੈਗੀ ਇਹ ਭਰਾ ਭੈਣ ਦੀ ਕੈਟਾਗਰੀ ਆ ਇਹਦੇ ਚ ਆ ਕੇ ਜਿਹੜਾ ਭਰਾ ਯੂਐਸ ਇਟਨ ਜਾਂ ਭੈਣ ਆ ਆਪਣੇ ਭਰਾ ਭੈਣ ਦਾ ਅਪਲਾਈ ਕਰਦੇ ਆ ਜੀ ਉਹਨਾਂ ਦੇ ਜਿਹੜੇ ਬੱਚੇ 21 ਸਾਲ ਤੋਂ ਓਵਰ ਹੈਗੇ ਆ ਉਹ ਆ ਸਕਦੇ ਨੇ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰੇ ਜਿਹੜੇ 21 ਤੋਂ ਘਟਾ ਉਹ ਤਾਂ ਆ ਹੀ ਜਾਂਦੇ ਨੇ ਜੀ ਜੀ ਹੁਣ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ ਜੇ ਉਹਦੇ ਚ ਨਹੀਂ ਆ ਰਹੇ ਇਹ ਜਿਵੇਂ ਇਹਨਾਂ ਨੇ ਕਿਹਾ ਤਾਂ ਰੰਧਾਵਾ ਸਾਹਿਬ ਵਕੀਲ ਜਿਹੜਾ ਉਹ ਓਨਾਂ ਦੀ ਹੈਲਪ ਕਰ ਸਕਦਾ ਵੀ ਕੇਸ ਨੂੰ ਜਿਹੜਾ ਬੈਟਰ ਪ੍ਰੈਜੈਂਟ ਕਰ ਸਕਦਾ ਮਤਲਬ ਜਿਹੜੀ ਉਹਨਾਂ ਦੀ ਪੈਰ ਵੀ ਆ ਉਹ ਜ਼ਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਹੋ ਸਕਦੀ ਹੈ ਪਰ ਇਹਦੇ ਚ ਵਕੀਲ ਕੋ ਇਹ ਪਾਵਰ ਨਹੀਂ ਹੁੰਦੀ ਵੀ ਜੇ ਆਉਂਦੇ ਹੀ ਨਹੀਂ ਕੈਲਕੂਲੇਸ਼ਨ ਦੇ ਵਿੱਚ ਤਾਂ ਉਹ ਤਾਂ ਹੀ ਆ ਜਾਣਗੇ ਅ ਅਗਲਾ ਸਵਾਲ ਜੀ ਗ੍ਰੀਨ ਕਾਰਡ ਹੋਲਡਰ ਇੰਡੀਆ ਦਾ ਪਾਸਪੋਰਟ ਰਿਨਿਊ ਕਰਵਾਇਆ ਸੀ ਤੇ ਕੀ ਕੋਈ ਪ੍ਰੋਬਲਮਸ ਨਹੀਂ ਹੋਊਗੀ ਕਿਉਂਕਿ ਪੁਰਾਣਾ ਪਾਸਪੋਰਟ ਨਾਲ ਰੱਖਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਹਾਂਜੀ ਨਾੜ ਰੱਖ ਲੈਣ ਤਾਂ ਬੈਟਰ ਹੈ ਖਾਸ ਕਰਕੇ ਜੇ ਉੱਤੇ ਥੋੜੀ ਜਣੀ ਕਿ ਸਟੈਂਪਿੰਗ ਵਗੈਰਾ ਹੋਈ ਆ ਪਰ ਇੰਡੀਆ ਦਾ ਪਾਸਪੋਰਟ ਗ੍ਰੀਨ ਕਾਰਡ ਦੇ ਤੌਰ ਤੇ ਤਾਂ ਨਿਊ ਕਰਾਉਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਤਾਂ ਮਿਲ ਹੀ ਜਾਂਦਾ ਤੇ ਪਿੱਛੇ ਸੈਲਮਨ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਸੀਗੀ ਜਿਨੇ ਸੈਲਮਨ ਦੇ ਰਾਹੀਂ ਗ੍ਰੀਨ ਕਾਰਡ ਲਿਆ ਪਰ ਉਹ ਵੀ ਹੁਣ ਇਹਨਾਂ ਨੇ ਕਾਫੀ ਹੱਦ ਤੱਕ ਰਿਲੈਕਸ ਕਰਤੀ ਆ ਪਰ ਜੇ ਇਹਨਾਂ ਨੇ ਗ੍ਰੀਨ ਕਾਰਡ ਸੈਲਮਨ ਰਾਹੀਂ ਲਿਆ ਹੀ ਨਹੀਂ ਕਿਸੇ ਹੋਰ ਤਰੀਕੇ ਨਾਲ ਲਿਆ ਜਿਵੇਂ ਵਿਆਹ ਦੀ ਬੇਸ ਤੇ ਲਿਆ ਜਾਂ ਭਰਾ ਭੈਣ ਨੇ ਅਪਲਾਈ ਕੀਤਾ ਉੱਤੇ ਆਏ ਆ ਤਾਂ ਕੋਈ ਪ੍ਰੋਬਲਮ ਨਹੀਂ ਅਗਲਾ ਸਵਾਲ ਹੈ ਜੀ ਯੂਰੋਪੀਅਨ ਸਿਟੀਜ਼ਨ ਜੇ ਯੂ ਐਸ ਏ ਆਏ ਤਾਂ ਕੀ ਉਹ ਕਿਸੇ ਤਰੀਕੇ ਨਾਲ ਵਰਕ ਪਰਮਿਟ ਲੈ ਸਕਦਾ ਨਹੀਂ ਵਰਕ ਪਰਮਿਟ ਲੈਣ ਦੇ ਸਾਰਿਆਂ ਦੇ ਉਹੀ ਤਰੀਕੇ ਨੇ ਕੋਈ ਖਾਸ ਰਿਲੈਕਸੇਸ਼ਨ ਨਹੀਂ ਹੈਗੀ ਯੂਰੋਪੀਅਨ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਲਈ ਉਹ ਤਾਂ ਬੇਸਿਕਲੀ ਇਹੀ ਤਰੀਕੇ ਨੇ ਵੀ ਜਿਵੇਂ ਕੋਈ ਯੂ ਐਸ ਸਿਟੀਜ਼ਨ ਆ ਵਿਆਹ ਕਰਦਾ ਉਹਦੀ ਬੇਸੇ ਵਰ ਪਰਮਿਟ ਮਿਲ ਜਾਂਦਾ ਜਾਂ ਕਈ ਲੋਕੀ ਪੋਲੀਟੀਕਲ ਸੈਲਮ ਕਰਦੇ ਉੱਥੇ ਮਿਲਦਾ ਜਾਂ ਫਿਰ ਐਚ 1 ਵਗੈਰਾ ਵੀਜ਼ੇ ਹੁੰਦੇ ਨੇ ਪਰ ਉਹ ਉਦਾਂ ਦਾ ਵਰ ਪਰਮਿਟ ਨਹੀਂ ਹੁੰਦਾ ਉਸੇ ਕੰਪਨੀ ਲਈ ਕੰਮ ਕਰਨਾ ਪੈਂਦਾ ਹੋਰ ਕੋਈ ਸਪੈਸ਼ਲ ਰੂਲ ਜਾਂ ਸਪੈਸ਼ਲ ਕੰਸੈਸ਼ਨ ਨਹੀਂ ਜਿਹੜਾ ਯੂਰਪ ਦੇ ਬੰਦੇ ਆ ਲਈ ਅ ਅਗਲਾ ਸਵਾਲ ਹੈ ਜੀ ਉਹ ਲਿਖਦੇ ਆ ਜੇ ਕਿਸੇ ਦਾ ਟੂਰਿਸਟ ਵੀਜ਼ਾ ਯੂਐਸ 에ਅਰਪੋਰਟ ਤੇ ਕੈਨਸਲ ਕਰ ਦਿੱਤਾ ਜਾਂਦਾ ਕਿ ਉਹਨੂੰ ਦੁਬਾਰਾ ਕੋਈ ਅਸੀਂ ਠੀਕ ਕਰਵਾ ਸਕਦੇ ਆ ਨਹੀ ਜੀ ਮੁਸ਼ਕਲ ਹੈ ਕਿਉਂਕਿ ਜੇ ਯੂਐਸ 에ਅਰਪੋਰਟ ਤੇ ਕੈਨਸਲ ਕਰਕੇ ਉਹਨੂੰ ਇਹ ਆਮ ਤੌਰ ਤੇ ਸ਼ੱਕ ਹੁੰਦਾ ਵੀ ਇਹ ਕੰਮ ਕਰਨ ਆਉਂਦਾ ਇੱਥੇ ਕਿਉਂਕਿ ਜਿਹੜਾ ਟੂਰਿਸਟ ਵੀਜ਼ਾ ਉਹ ਇਸ ਪਰਪਸ ਲਈ ਆ ਵੀ ਬੰਦਾ ਘੁੰਮਣ ਫਿਰਨ ਲਈ ਆਇਆ ਜੀ ਤੋ ਜਿਹਨਾਂ ਨੂੰ ਸ਼ੱਕ ਹੋ ਜੇ ਵੀ ਇਹ ਘੁੰਮਣ ਫਿਰਨ ਨਹੀਂ ਆਇਆ ਹੈ ਤਾਂ ਕੰਮ ਕਰਨ ਆਇਆ ਜਾਂ ਇੱਥੇ ਕੋਈ ਹੋਰ ਕੁਝ ਕਰਦਾ ਤਾ ਉਹ ਕੈਨਸਲ ਕਰਕੇ ਵਾਪਸ ਭੇਜ ਸਕਦੇ ਇੱਕ ਵਾਰ ਰੋਕ ਕਰਕੇ ਵਾਪਸ ਭੇਜ ਦੇਣ ਫੇਰ ਇਹ ਜਿਹੜਾ ਲੈਣਾ ਔਖਾ ਫਿਰ 5 ਸਾਲ ਜਾਂ 10 ਸਾਲ ਦਾ ਵੀ ਬੈਨ ਲਾ ਸਕਦੇ ਉਸ ਤੋਂ ਪਹਿਲਾਂ ਮਿਲਣਾ ਔਖਾ ਅ ਅਗਲੇ ਸਾਡੇ ਦਰਸ਼ਕ ਲਿਖਦੇ ਆ ਜੀ ਕਿ 2019 ਚ ਅਸੀਂ ਯੂ ਐਸ ਏ ਆਈਸੀ ਪਰਿਵਾਰ ਸਮੇਤ ਪਰਿਵਾਰ ਤਾਂ ਮੇਰਾ ਵਾਪਸ ਚਲੇ ਗਿਆ ਪਰ ਮੈਂ ਇੱਥੇ ਰਹਿ ਗਿਆ ਹੁਣ ਮੇਰੇ ਜਿਹੜਾ ਪਰਿਵਾਰ ਆ ਦੁਬਾਰਾ ਆਉਣਾ ਚਾਹੁੰਦਾ ਤੇ ਉਹ ਟੂਰਿਸਟ ਵੀਜ਼ੇ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਨੰਬਰ ਇੱਕ ਸਵਾਲ ਇਹ ਦੂਜਾ ਇਹ ਆ ਕਿ 2 ਸਾਲ ਜਿਵੇਂ ਹੋ ਗਏ ਆ ਇਹਨੂੰ ਕੋਈ ਮੈਂ ਹਾਲੇ ਤੱਕ ਅਪਲਾਈ ਨਹੀਂ ਕੀਤਾ ਉਹਦੇ ਕੋਈ ਪ੍ਰੋਬਲ ਨਹੀਂ ਇਸ ਤਰ੍ਹਾਂ ਜੇ ਉਹ ਆਪ ਇੱਥੇ ਰਹਿ ਗਏ ਜੀ ਵੀਜ਼ਾ ਇਕੱਠਾ ਲੱਗਿਆ ਤੇ ਪਰਿਵਾਰ ਆਊਗਾ ਉਹਨਾਂ ਨੂੰ ਪੁੱਛ ਸਕਦੇ ਨੇ ਵੀ ਤੁਹਾਡੇ ਜਿਹੜੇ ਮੇਨ ਜਿਵੇਂ ਵੀ ਤੁਹਾਡੇ ਫਾਦਰ ਨੇ ਬੱਚਿਆਂ ਨੂੰ ਜਾਂ ਇਹਨਾਂ ਦੇ ਵਾਈਫ ਨੂੰ ਔੜੇ ਹਸਬੰਡ ਉਹ ਕਿੱਥੇ ਆ ਤੇ ਜੇ ਇੱਥੇ ਓਵਰਸਟੇ ਕਰ ਗਏ ਤਾਂ ਉਹਨਾਂ ਦਾ ਵੀਜ਼ਾ ਜਿਵੇਂ ਹੁਣੇ ਆਪਾਂ ਦੱਸ ਗਏ ਹਟਿਆ ਵੀ ਕੈਨਸਲ ਕਰਕੇ ਵਾਪਸ ਭੇਜ ਸਕਦੇ ਆ ਸੋ ਇਹ ਹੋ ਸਕਦਾ ਤੇ ਇਸ ਕਰਕੇ ਇਹਦੇ ਵਿੱਚ ਰਿਸਕ ਹੀ ਆ ਜੇ ਉਹਨਾਂ ਨੂੰ ਇਹਨਾਂ ਦੇ ਨਾਲ ਹੀ ਵੀਜ਼ਾ ਲੱਗਿਆ ਤੇ ਇਹਨਾਂ ਬਾਰੇ ਸਭਾਬਕਾ ਪੁੱਛਣਗੇ ਉਹ ਜੀ ਜੀ ਅਗਲਾ ਸੋਲਾ ਜੀ ਗ੍ਰੀਨ ਕਾਰਡ ਜਿਹੜਾ ਉਹ ਸਾਡਾ ਡ੍ਰੌਪ ਹੋ ਗਿਆ ਯਾਨੀ ਉਹ ਇੰਡੀਆ ਚਲੇ ਇਹ ਉੱਥੇ ਓਵਰਸਟੇ ਹੋ ਗਏ ਆ ਕਾਫੀ ਚਿਰ ਹੋ ਗਿਆ ਉਹਨਾਂ ਗਏ ਨੂੰ ਦੁਬਾਰਾ ਲੈਣਾ ਹੋਵੇ ਤਾਂ ਕੀ ਪ੍ਰੋਸੀਜਰ ਗ੍ਰੀਨ ਕਾਰਡ ਦੇਖੋ ਜੀ ਜੇ ਤੁਸੀਂ ਇਸ ਸਾਲ ਤੋਂ ਉੱਤੇ ਰਹਿ ਜਉ ਬਾਹਰ ਵਿਦਆਊਟ ਪਰਮਿਸ਼ਨ ਜੇ ਤੁਸੀਂ 2 ਸਾਲ ਦਾ ਰੀ-ਐਂਟਰੀ ਪਰਮਿਟ ਲੈ ਕੇ ਜਾਂਦੇ ਆ ਫਿਰ 2 ਸਾਲ ਰਹਿ ਸਕਦੇ ਹੋ ਜੇ ਉਦਾਂ ਹੀ ਜਾਂਦੇ ਆ ਤਾਂ ਮੁੰਡਾ ਦਾ 6 ਮਹੀਨੇ ਚਾਹੀਦਾ ਪਰ ਜੇ ਕਈ ਸਾਲ ਤੋਂ ਉੱਤੇ ਰਹਿ ਜਾਂਦੇ ਸਾਲ ਤੋਂ ਉੱਪਰ ਰਹਿ ਜੋ ਤਾਂ ਉਹ ਕੈਨਸਲ ਜਿਹੜਾ ਗ੍ਰੀਨ ਕਾਰਡ ਉਹ ਖਤਮ ਹੋ ਜਾਂਦਾ ਉਹਦੇ ਵਾਸਤੇ ਆ ਵੀ ਤੁਸੀਂ ਇੱਕ ਫਾਰਮ ਹੁੰਦਾ ਉਹ ਭਰ ਕੇ ਐਮਬੈਸੀ ਦੇ ਵਿੱਚ ਟਰਾਈ ਕਰ ਸਕਦੇ ਹੋ ਵੀ ਰੀਇਨਸਟੇਟ ਕਰ ਦੇਣ ਨਹੀਂ ਤਾਂ ਜੇ ਕਿਸੇ ਨੇ ਜਿਨੇ ਵੀ ਪਹਿਲਾਂ ਤੁਹਾਨੂੰ ਗ੍ਰੀਨ ਕਾਰਡ ਦਵਾਇਆ ਸੀ ਉਹਨੂੰ ਦੁਬਾਰਾ ਅਪਲਾਈ ਕਰਨਾ ਪੈਂਦਾ ਉਹਨੇ ਦੇ ਵਿੱਚ ਹੁਣ ਜਿਹੜੇ ਭਰਾ ਭੈਣ ਦੀ ਕੈਟੇਗਰੀ ਦਾ 15 ਸਾਲਾਂ ਬਾਅਦ ਮਿਲਿਆ ਉਹ ਦੁਬਾਰਾ ਕਿਵੇਂ ਕਰਨਗੇ ਪਰ ਬੇਟੀ ਸਿਟੀਜ਼ਨ ਦਾ ਦੁਬਾਰਾ ਕਰ ਸਕਦੀ ਪਰ ਉਸ ਤੋਂ ਪਹਿਲਾਂ ਇੱਕ ਫਾਰਮ ਹੁੰਦਾ ਉਹ ਐਮਬੈਸੀ ਦੇ ਵਿੱਚ ਜਿਵੇਂ ਉਹ ਭਰ ਕੇ ਅਪਲਾਈ ਕਰੋ ਉਹਦੇ ਵਿੱਚ ਕਈ ਵਾਰੀ ਉਹ ਅਲਾਉ ਕਰ ਦਿੰਦੇ ਆ ਖਾਸ ਕਰਕੇ ਇਹਨਾਂ ਹਾਲਾਤਾਂ 'ਚ ਮੈਡੀਕਲ ਕਰੋਨਾ ਕਰਕੇ ਕੋਈ ਨਾ ਆ ਸਕਿਆ ਜਾਂ ਕੋਈ ਮੈਡੀਕਲ ਰੀਜ਼ਨ ਆ ਤਾਂ ਉਹ ਆਉਣ ਦੀ ਪਰਮਿਸ਼ਨ ਦੇ ਸਕਦੇ ਹਾਂਜੀ ਹਾਂਜੀ ਇੱਕ ਉਹ ਕਹਿੰਦੇ ਜੀ ਵਿਜ਼ਟਰ ਵੀਜ਼ੇ ਦੀ ਅੱਜ ਕੱਲ ਕੀ ਅਪਡੇਟ ਵਿਜ਼ਟਰ ਵੀਜ਼ੇ ਦੀ ਅਪਡੇਟ ਇਹੀ ਆ ਜੀ ਆਪਾਂ ਹੁਣੇ ਦੱਸ ਕੇ ਆਟੇ ਆ ਵੀ 4 ਮਈ ਤੋਂ ਅਮਰੀਕਾ ਤੋਂ ਟ੍ਰੈਵਲ ਜਿਹੜਾ ਇੰਡੀਆ ਤੋਂ ਟ੍ਰੈਵਲ ਅਮਰੀਕਾ ਨੂੰ ਬੰਦ ਆ ਜੀ ਸੋ ਇਹਦਾ ਸਭ ਤੋਂ ਜ਼ਿਆਦਾ ਅਸਰ ਵਿਜ਼ਟਰ ਵੀਜ਼ੇ ਦੇ ਪੈਣਾ ਸੋ ਜਿੰਨਾਂ ਕੋਈ ਵਿਜ਼ਟਰ ਵੀਜ਼ੇ ਹੈਗੇ ਆ ਉਹ ਨਹੀਂ ਆ ਸਕਦੇ ਜਿੰਨੀ ਦੇਰ ਤੱਕ ਇਹ ਬੈਨ ਨਹੀਂ ਖੁੱਲੇਗਾ ਯਾ ਅ ਅਗਲਾ ਸਵਾਲ ਆ ਜੀ ਮੇਰੇ ਪੇਰੈਂਟਸ ਯੂ ਐਸ ਗ੍ਰੀਨ ਕਾਰਡ ਹੋਲਡਰ ਹਨ ਮੇਰੀ ਏਜ ਵੱਧ ਜਾਣ ਕਰਕੇ ਕੀ ਮੈਂ ਅ ਵਿਜ਼ਟਰ ਵੀਜ਼ੇ ਤੇ ਫਰੈਸ਼ ਪਾਸਪੋਰਟ ਲਾ ਕੇ ਆ ਸਕਦਾ ਅ ਦੇਖੋ ਇਹ ਨਹੀਂ ਹੋਣਾ ਕਿਉਂਕਿ ਆਫਟਰ ਆਲ ਜੇ ਤੁਹਾਡਾ ਰੈਕੋਰਡ ਉਹਨਾਂ ਕੋਲ ਹੈਗਾ ਤੁਸੀਂ ਪਾਸਪੋਰਟ ਚਾਹੇ ਪੁਰਾਣਾ ਨਵਾਂ ਲੇਕਿਨ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਆ ਉਹ ਤੁਹਾਨੂੰ ਇਦਾਂ ਦਾ ਕੰਮ ਕਰਨਾ ਵੀ ਨਹੀਂ ਚਾਹੀਦਾ ਤੁਸੀਂ ਸਹੀ ਰੱਖੋ ਜੇ ਦਾ ਪਾਸਪੋਰਟ ਤੁਹਾਡਾ ਖਤਮ ਹੋ ਗਿਆ ਜਾਂ ਗੁੰਮ ਹੋ ਗਿਆ ਜਾਂ ਦਾ ਫਿਰ ਦਾ ਫਰੈਸ਼ ਲਾਓ ਮਤਲਬ ਫਰੈਸ਼ ਪਾਸਪੋਰਟ ਲੈਣ ਦਾ ਕੋਈ ਰੀਜ਼ਨ ਹੋਣਾ ਚਾਹੀਦਾ ਸਿਰਫ ਐਸ ਕਰਕੇ ਫਰੈਸ਼ ਲੈਣਾ ਕਿ ਅਸੀਂ ਇੰਟਰਵਿਊ ਤੇ ਜਾਣਾ ਜਾਂ ਅਪਲਾਈ ਕਰਨਾ ਉਹ ਗਲਤ ਆ ਅਗਲਾ ਸਾਲ ਜੀ ਮੇਰੇ ਹੀ ਸੈਲਮ ਕੇਸ ਦੀ ਫਾਈਨਲ ਡੇਟ ਅਕਤੂਬਰ 2020 ਵਿੱਚ ਸੀ ਪਰ ਉਹ 222 ਵਿੱਚ ਹੋ ਗਈ ਹੈ ਕੀ ਡੇਟ ਪਹਿਲਾਂ ਕਰਵਾਈ ਜਾ ਸਕਦੀ ਹੈ ਅ ਡੇਟ ਜੋ ਉਹਨਾਂ ਨੇ ਅੱਗੇ ਕਰਤੀ ਆਜ ਅੱਜਕੱਲ ਆਮ ਤੌਰ ਤੇ ਡੇਟਾਂ ਅੱਗੇ ਕਰ ਰਹੇ ਨੇ ਕੋਈ ਕਰੋਨਾ ਕਰਕੇ ਹੁਣ ਡੇਟਾਂ 23 ਵੀ ਕਰ ਰਹੇ 24 ਵੀ ਕਰ ਰਹੇ ਨੇ ਅੱਗੇ ਕਰਾਉਣ ਦਾ ਕੋਈ ਜਿਹੇ ਤਰੀਕਾ ਇਦਾਂ ਦਾ ਤਾਂ ਹੈ ਨਹੀਂ ਪਰ ਤੁਹਾਡਾ ਵਕੀਲ ਜਿਹੜਾ ਉਹ ਉਹਨਾਂ ਨਾਲ ਗੱਲ ਕਰਕੇ ਜੇ ਸਰਕਾਰੀ ਵਕੀਲ ਨੂੰ ਨਹੀਂ ਕੋਈ ਆਬਜੈਕਸ਼ਨ ਹੈਗਾ ਤਾਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾ ਸਕਦਾ ਵੀ ਸਾਡੀ ਡੇਟ ਪਹਿਲਾਂ ਜਿਹੜੀ ਕਰੋ ਅੱਗੇ ਕੋਰਟ ਦੀ ਮਰਜ਼ੀ ਆ ਵੀ ਜੱਜ ਕਰੇ ਨਾ ਕਰੇ ਹੋਰ ਕੋਈ ਐਸਾ ਕੋਈ ਪੱਕਾ ਤਰੀਕਾ ਨਹੀਂ ਹੈਗਾ ਵੀ ਜਿਹਦੇ ਨਾਲ ਡੇਢ ਪਹਿਲਾਂ ਹੋ ਜੂਗੀ ਰਿਕੁਐਸਟ ਹੀ ਆ ਉਹ ਕੀਤੀ ਜਾ ਸਕਦੀ ਆ ਅ ਇੱਕ ਸਾਡੇ ਲਿਖ ਰਹੇ ਆ ਜੀ ਸਾਡੇ ਦਰਸ਼ਕ ਯੂਕੇ ਤੋਂ ਉਹ ਕਹਿੰਦੇ ਮੈਂ ਯੂਕੇ ਤੋਂ ਲਾ ਕੀਤਾ ਕੀ ਮੈਂ ਯੂਐਸਏ ਆ ਕੇ ਪ੍ਰੈਕਟਿਸ ਕਰ ਸਕਦਾ ਨਹੀਂ ਇੱਥੇ ਆ ਕੇ ਤੁਹਾਨੂੰ ਪਹਿਲਾਂ ਤਾਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ ਨੇ ਸਟੇਟਾਂ ਦੀ ਬਾਰ ਐਗਜ਼ਾਮ ਦੇਣਾ ਪੈਂਦਾ ਹੁਣ ਕਈ ਸਟੇਟਾਂ ਦੇ ਵਿੱਚ ਤੁਸੀਂ ਇਹ ਰਿਕੁਆਇਰਮੈਂਟ ਆ ਵੀ ਇੱਥੇ ਸਕੂਲ ਜਾ ਜਿਹੜੇ ਹੈਗੇ ਆ ਉਹ ਉਹ ਜਾਣਾ ਜ਼ਰੂਰੀ ਆ ਤੁਸੀਂ ਇੱਥੇ ਡਿਗਰੀ ਕੀਤੀ ਹੋਵੇ ਜਿਵੇਂ ਐਲ ਐਲ ਐਮ ਕੀਤੀ ਹੋਵੇ ਜਾਂ ਜਿਹੜੀ ਕਈਆਂ ਦਾ ਹੈਗਾ ਵੀ ਡਿਗਰੀ ਦੀ ਲੋਡ ਨਹੀਂ ਸਰਟਨ ਜਿਹੜੀ ਰਿਕੁਆਇਰਮੈਂਟ ਆ ਉਹ ਜਿਹੜੀ ਫੋਰਨ ਡਿਗਰੀ ਨੂੰ ਮੰਨ ਲੈਂਦੇ ਨੇ ਲੇਕਿਨ ਬਾਰ ਇਗਜ਼ਾਮ ਦੇਣਾ ਪੈਂਦਾ ਉਹ ਬਾਰ ਇਗਜ਼ਾਮ ਦੇ ਕੇ ਉਹਦੇ ਨਾਲ ਥੋੜਾ ਲੀਗਲ ਸਟੇਟਸ ਵੀ ਚਾਹੀਦਾ ਅਮਰੀਕਾ 'ਚ ਕਿ ਤੁਹਾਡੇ ਕੋਲ ਗ੍ਰੀਨ ਕਾਰਡ ਆ ਤੁਸੀਂ ਸਿਟੀਜ਼ਨ ਹੋ ਤੇ ਜੇ ਤੁਹਾਡਾ ਲੀਗਲ ਸਟੇਟਸ ਵੀ ਨਹੀਂ ਤੁਸੀਂ ਕੱਲੇ ਵਿਜ਼ਟਰ ਹੀ ਹੋ ਫਿਰ ਤੁਸੀਂ ਇੱਥੇ ਪ੍ਰੈਕਟਿਸ ਨਹੀਂ ਕਰ ਸਕਦੇ ਕੋਈ ਪ੍ਰੈਕਟਿਸ ਕਰਨ ਵਾਇਆ ਤੁਹਾਨੂੰ ਇਮੀਗ੍ਰੇਸ਼ਨ ਤੋਂ ਆਥਰਾਇਜ਼ੇਸ਼ਨ ਵੀ ਚਾਹੀਦੀ ਓਕੇ ਤੇ ਇਗਜ਼ਾਮ ਪਾਸ ਕਰਨਾ ਪੈਂਦਾ ਬਾਰ ਇਗਜ਼ਾਮ ਜੀ ਅ ਅਗਲਾ ਸਾਡਾ ਜਿਹੜਾ ਸਵਾਲ ਹੈਗਾ ਦਰਸ਼ਕ ਲਿਖਦੇ ਆ ਮੇਰਾ ਬ ਅਸੀਂ ਪਹਿਲਾਂ ਵੀ ਯੂਐਸਏ ਐਲ1 ਵੀਜ਼ੇ ਤੇ ਰਹਿ ਕੇ ਗਏ ਹਾਂ ਹੁਣ ਵਾਪਸ ਦੁਬਈ ਚਲੇ ਗਏ ਹਾਂ ਤੇ ਜੇ ਮੈਂ ਟੂਰਿਸਟ ਵੀਜ਼ੇ ਤੇ ਦੁਬਾਰਾ ਯੂਐਸ ਆਵਾਂ ਤੇ ਮੇਰਾ ਬੇਟਾ ਮੈਨੂੰ ਅਪਲਾਈ ਕਰ ਸਕਦਾ ਮੇਰਾ ਬੇਟਾ ਕਹਿੰਦੇ ਕਿ 20 ਸਾਲ ਦਾ ਐ ਸੋੜੇ ਜੇ ਇਹਨਾਂ ਦਾ ਬੇਟਾ ਯੂਐਸ ਸਿਟੀਜ਼ਨ ਆ ਤਾਂ ਉਹ 21 ਸਾਲ ਦੀ ਉਮਰ ਤੋਂ ਬਾਅਦ ਅਪਲਾਈ ਕਰ ਸਕਦਾ ਜੀ ਜੀ ਸੋ ਉਹਦੇ ਚ 20 ਨਹੀਂ ਕਰ ਸਕਦਾ ਉਹ 21 ਦਾ ਹੋ ਗਿਆ ਉਦੋਂ ਕਰ ਸਕਦਾ ਉਹ ਚਾਹੇ ਇਹ ਮਨੋ ਕੰਟਰੀ ਤੋਂ ਬਾਹਰ ਨੇ ਤਾਂ ਵੀ ਕਰ ਸਕਦਾ ਜੇ ਇੱਥੇ ਵਿਜ਼ਟਰ ਵੀਜ਼ੇ ਤੇ ਆਉਣ ਤਾਂ ਵੀ ਕਰ ਸਕਦਾ ਕਰਨਗੇ 21 ਸਾਲ ਤੋਂ ਬਾਅਦ ਜੀ ਅ ਅਗਲਾ ਸੋਲਾ ਜੀ ਐਫ 4 ਕੈਟਾਗਰੀ 16 ਮਾਰਚ 2020 ਨੂੰ ਇੰਟਰਵਿਊ ਸੀ ਪਰ ਕਰੋਨਾ ਕਰਕੇ ਕੈਨਸਲ ਹੋ ਗਈ ਕੀ ਦੁਬਾਰਾ ਇੰਟਰਵਿਊ ਆਏਗੀ ਆਏਗੀ ਜਰੂਰ ਆਏਗੀ ਕਿਉਂਕਿ ਹੁਣ ਪਹਿਲਾਂ ਇੱਕ ਤਾਂ ਕਰੋਨਾ ਕਰਕੇ ਕੈਨਸਲ ਹੋਈ ਹੈ ਕਿਤੇ ਬੈਨ ਵੀ ਲੱਗਿਆ ਸੀ ਉਹ ਬੈਨ ਜਿਹੜਾ ਟਰੰਪ ਨੇ ਲਾਇਆ ਸੀ ਪਹਿਲਾਂ April ਤੋਂ June ਤੱਕ ਫਿਰ June ਤੋਂ December ਤੱਕ ਫਿਰ December ਤੋਂ March ਤੱਕ ਉਹ ਬੈਨ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਫਰਵਰੀ 'ਚ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਇੰਟਰਵਿਊ ਆ ਰਹੀਆਂ ਨੇ ਪਰ ਹੁਣ ਪ੍ਰੋਬਲਮ ਇਹ ਹੈਗੀ ਆ ਕਿ ਉਥੇ ਕਰੋਨਾ ਕਰਕੇ April ਤੇ May ਦੇ ਵਿੱਚ ਜਿਹੜੀ ਐਮਬੈਸੀ ਆ ਉੱਥੇ ਸਾਰੀਆਂ ਜਿਹੜੀਆਂ ਹੈਗੀਆਂ ਉਹ ਡਾਟਾ ਕੈਨਸਲ ਹੋ ਗਈਆਂ ਸੋ ਇਹਨਾਂ ਨੂੰ ਚਾਹੀਦਾ ਉਹਨਾਂ ਨੂੰ ਈਮੇਲ ਕਰਨ ਤੇ ਜਦੋਂ ਵੀ ਉੱਥੇ ਕਰੋਨਾ ਦੀ ਹਾਲਤ ਠੀਕ ਹੁੰਦੀ ਹੈ ਤਾਂ ਇੰਟਰਵਿਊ ਆ ਸਕਦੀ ਹੈ ਅਗਲਾ ਸਵਾਲ ਸਾਡੇ ਦਰਸ਼ਕ ਲੈਦੇ ਕਿ ਸਾਡਾ ਐਫ 4 ਕੈਟਾਗਰੀ ਚ 2008 ਚ ਅਪਲਾਈ ਹੋਇਆ ਸੀ ਉਸ ਵਕਤ ਸਾਡੀ ਇੰਡੀਆ ਦੀ ਸਿਟੀਨਸ਼ਿਪ ਸੀ ਹੁਣ ਅਸੀਂ ਗ੍ਰੀਸ ਦੀ ਸਿਟੀਨਸ਼ਿਪ ਲੈ ਲਈ ਹੈ ਕੋਈ ਇਫੈਕਟ ਤਾਂ ਨਹੀਂ ਪਊਗਾ ਉਹ ਕੇਸ ਤੇ ਨਹੀਂ ਇਫੈਕਟ ਨਹੀਂ ਪਊਗਾ ਇਹਨਾਂ ਨੂੰ ਵੈਸੇ ਉਹਨਾਂ ਨੂੰ ਜਿਹੜੀ ਹੈਗੀ ਚੇਂਜ ਉਹ ਕਰਨੀ ਚਾਹੀਦੀ ਆ ਅਪਡੇਟ ਕਿ ਅਸੀਂ ਉੱਥੋਂ ਦੇ ਹੋ ਗਏ ਆ ਪਰ ਜਿਹੜੀ ਕੈਟਾਗਰੀਆਂ ਦੀ ਮੂਵਮੈਂਟ ਦੇ ਵਿੱਚ ਜਿਹੜਾ ਇੰਡੀਆ ਨਾਲੋਂ ਥੋੜਾ ਜਿਹਾ ਸਾਲ 6 ਮਹੀਨੇ ਦਾ ਫਰਕ ਪੈਂਦਾ ਇੰਨਾ ਜ਼ਿਆਦਾ ਨਹੀਂ ਪੈਂਦਾ ਪਰ ਅਪਡੇਟ ਜ਼ਰੂਰ ਕਰਨੀ ਚਾਹੀਦੀ ਹੈ ਜੀ ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਹੇ ਆ ਜੀ ਕਿ ਐਫ 3 ਕੇਸ ਅਪਲਾਈ ਹੋਇਆ ਸਾਡਾ ਕੀ ਹੋਣ ਮੈਂ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆ ਸਕਦੀ ਹਾਂ ਯੂ ਐਸ ਅ ਐਫ 3 ਕੇਸ ਮਤਲਬ ਬੇਸਿਕਲੀ ਜਿਹੜੀ ਕੈਟਾਗਰੀ ਆ ਉਹ ਹੈਗੀ ਆ ਯੂ ਐਸ ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚਿਆਂ ਦੀ ਜੀ ਸੋ ਜੇ ਮੈਰਿਡ ਬੱਚਿਆਂ ਦਾ ਅਪਲਾਈ ਹੋਇਆ ਤਾਂ ਉਹਨਾਂ ਦੇ ਗਾਂ ਬੱਚੇ ਨੇ ਉਹ ਸਟੂਡੈਂਟ ਵੀਜ਼ਾ ਲੈਣਾ ਚਾਹੁੰਦੇ ਆ ਜਬ ਵਿਸਟਰ ਵੀਜ਼ਾ ਉਹ ਮੁਸ਼ਕਲਾ ਕਿਉਂਕਿ ਜਦੋਂ ਤੁਸੀਂ ਕਿਸੇ ਵਾਸਤੇ ਸੈਮੀ ਗੈਂਟ ਪਿਟੀਸ਼ਨ ਕਰ ਦੋ ਤੇ ਉਹਨਾਂ ਨੂੰ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਲੈਣ ਚ ਪ੍ਰੋਬਲਮ ਆਉਂਦੀ ਉਹ ਚ ਭਰਨਾ ਪੈਂਦਾ ਖਾਨਾ ਵੀ ਤੁਹਾਡਾ ਕਿਸੇ ਨੇ ਅਪਲਾਈ ਤਾਂ ਨਹੀਂ ਕੀਤਾ ਸੋ ਇਸ ਕਰਕੇ ਇਹਨਾਂ ਨੂੰ ਅਪਲਾਈ ਕਰ ਸਕਦੇ ਪਰ ਮੁਸ਼ਕਲ ਆ ਮਿਲਣਾ ਅਗਲਾ ਸਵਾਲ ਹੈ ਜੀ ਐਸੈਂਸ਼ੀਅਲ ਵਰਕਰ ਐਕਟ ਕੀ ਹੁੰਦਾ ਐ ਐਸੈਂਸ਼ੀਅਲ ਵਰਕਰ ਦਾ ਜਿਹੜੇ ਹੁਣ ਹੁਣ ਜਿਵੇਂ ਕੋਰੋਨਾ ਦੇ ਵਿੱਚ ਲੋੜ ਸੀਗੀ ਵਰਕਰਸ ਨੂੰ ਜਿਦਾਂ ਹੁਣ ਹੈਲਥ ਕੇਅਰ ਦੇ ਵਰਕਰ ਹੋਗੇ ਉਹ ਐਕਟ ਆ ਉਹਦੇ ਜਿਹੜੇ ਟਰਾਈ ਕਰ ਰਹੀ ਹੈ ਸਰਕਾਰ ਕੇ ਉਹਨਾਂ ਨੂੰ ਜਿਹੜਾ ਲੀਗਲ ਸਟੇਟਸਤਾ ਜਾ ਸਕੀ ਇਹਦੇ ਜਿਆਦਾ ਹੈਲਥ ਵਰਕਰ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਫਾਈਟ ਜਿਵੇਂ ਨਰਸਿਸ ਹੋ ਗਏ ਡਾਕਟਰ ਹੋ ਗਏ ਇਦਾਂ ਦੇ ਤੇ ਉਹਦੇ ਚ ਹੁਣ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਉਹਦੀ ਇੰਪਲੀਮੈਂਟੇਸ਼ਨ ਕਦੋਂ ਹੁੰਦੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੇ ਪਾਸਿਓਂ ਕਿ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਉਹਨਾਂ ਨੂੰ ਲੀਗਲ ਸਟੇਟਸ ਦੇਣ ਲਈ ਕਿਉਂਕਿ ਇਹਨਾਂ ਨੇ ਹੈਲਪ ਬਹੁਤ ਕੀਤੀ ਕੀਤਾ ਜਾਵੇ ਓਕੇ ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਕਿ I797 ਕੀ ਹੁੰਦਾ ਹੈ ਉਹ ਤਾਂ ਇਮੀਗ੍ਰੇਸ਼ਨ ਦਾੜਾ ਫਾਰਮ ਆ ਜਿਹੜਾ ਹੁੰਦਾ ਨੋਟਿਸ ਉਹਦਾ ਆਉਂਦਾ ਇਮੀਗ੍ਰੇਸ਼ਨ ਤੋਂ ਉਹ ਆ ਉਹਦਾ ਜਿਹੜਾ ਉਹ ਇਮੀਗ੍ਰੇਸ਼ਨ ਦਾ ਜਿਹੜਾ ਉਹ ਲੈਟਰ ਆ ਉਹਦਾ ਜਿਹੜਾ ਨੰਬਰ ਆ ਉਹ ਇਹ ਹੈਗਾ ਤੇ ਬਕਾਇਦਾ ਵੀ ਉਹ ਲੈਟਰ ਦੇ ਉੱਤੇ ਲਿਖਿਆ ਹੁੰਦਾ ਨੋਟਿਸ ਜੋ ਵੀ ਇਮੀਗ੍ਰੇਸ਼ਨ ਨੇ ਕਾਰਵਾਈ ਕਰਨੀ ਆ ਤੇ ਉਹਦਾ ਫਾਰਮ ਨੰਬਰ ਆ ਇੱਕ ਸਵਾਲ ਸਾਡੇ ਅਗਲੇ ਦਰਸ਼ਕ ਇਸ ਤਰ੍ਹਾਂ ਲਿਖ ਰਹੇ ਕਿ ਗ੍ਰੀਨ ਕਾਰਡ ਐਕਸਪਾਇਰ ਹੋਣ ਤੋਂ ਕਿੰਨਾ ਸਮਾਂ ਪਹਿਲਾਂ ਅਸੀਂ ਜਿਹੜਾ ਜਦੋਂ ਐਕਸਪਾਇਰ ਹੋ ਜਾਂਦਾ ਰੀਨਿਊ ਕਰਾਉਣ ਲਈ ਅਪਲਾਈ ਕਰ ਸਕਦੇ ਹਾਂ ਰੀਨਿਊ ਕਰਾਉਣ ਲਈ ਤੁਸੀਂ 3 ਤੋਂ 6 ਮਹੀਨੇ ਦੇ ਵਿੱਚ ਵਿੱਚ ਕਰ ਸਕਦੇ ਹੋ ਤੇ ਉਹ ਬੈਟਰ ਹੈ ਕਿਉਂਕਿ ਰੀਨਿਊ ਹੋਣ ਨੂੰ ਹੀ ਸਾਲ ਲੱਗਦਾ ਅੱਜਕੱਲ ਡੇਢ ਸਾਲ। ਤੋਂ I-90 ਫਾਰਮ ਹੈ ਉਹ ਤੁਸੀਂ ਭਰੋ ਉਹ ਭਰ ਕੇ ਉਸ ਨੂੰ ਆਨਲਾਈਨ ਵੀ ਭਰ ਸਕਦੇ ਹੋ ਉਹਨੂੰ ਤੁਸੀਂ ਬਾਈ ਮੇਲ ਵੀ ਭਰ ਸਕਦੇ ਹੋ। ਉਦੋਂ ਬਾਅਦ ਫਿੰਗਰਪ੍ਰਿੰਟ ਹੁੰਦੇ ਆ ਤੇ ਉਹ ਵਧਾ ਦਿੰਦੇ ਨੇ ਤੇ ਸਾਲ ਦਾ ਤੇ ਉਹਦੇ ਵਿੱਚ ਉਹ ਗ੍ਰੀਨ ਕਾਰਡ ਆ ਜਾਂਦਾ। ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਮੈਂ ਗ੍ਰੀਨ ਕਾਰਡ ਹਾਂ ਤੇ 2020 'ਚ ਆਪਣੇ ਸਪਾਊਸ ਨੂੰ ਅਪਲਾਈ ਕੀਤਾ ਸੀ ਪਰ ਹਾਲੇ ਤੱਕ ਕੁਝ ਵੀ ਅਪਡੇਟ ਨਹੀਂ ਆਇਆ ਸਾਨੂੰ। ਇਹਦਾ ਕਾਰਨ ਦੋਨੇ ਰੰਧਾਵਾ ਸਾਹਿਬ ਹੁਣ ਤਾਂ ਇਹ ਕੈਟਾਗਰੀ ਵੈਸੇ ਕਰੰਟ ਆ ਜਿਵੇਂ ਆਪਾਂ ਦੱਸ ਕੇ ਹਟਿਆ ਵੀ F2A ਕੈਟਾਗਰੀ ਕਰੰਟ ਹੈਗੀ ਆ ਲੇਕਿਨ ਜਦੋਂ ਇਹਨਾਂ ਨੇ ਅਪਲਾਈ ਕੀਤਾ ਉਦੋਂ ਬਾਅਦ ਇੱਕ ਤਾਂ ਆ ਗਿਆ ਕੋਵਿਡ ਦੂਜਾ ਹੋ ਗਿਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਲਾਤਾ ਬੈਨ ਇਸ ਕੈਟਾਗਰੀ ਤੇ ਜਿਹੜਾ ਬੈਨ ਕੇ ਹੁਣ ਜਾ ਕੇ ਖੁੱਲਿਆ ਫਰਵਰੀ ਚ ਹੁਣ ਇਹ ਕੈਟਾਗਰੀ ਜਿਹੜੀ ਆ ਇਹਦੀ ਸਾਰ ਲੈਣੀ ਸ਼ੁਰੂ ਹੋਈ ਆ ਹੁਣ ਇਹ ਆ ਵੀ ਉਥੇ ਅਪ੍ਰੈਲ ਮਈ ਦੇ ਕਰਕੇ ਸਾਰੇ ਡੇਟਾ ਕੈਨਸਲ ਹੋ ਗਈਆਂ ਇਹਨਾਂ ਨੂੰ ਚਾਹੀਦਾ ਉਹਦੀ ਪੈਰ ਵੀ ਕਰਨ ਜੇ ਇਹਨਾਂ ਦੀ ਅਪਰੂਵਲ ਵਗੈਰਾ ਆ ਗਈ ਐਨਵੀਸੀ ਕੋਲ ਚਲਾ ਗਿਆ ਉਥੇ ਪੈਰ ਵੀ ਕਰਨ ਜੇ ਨਹੀਂ ਆਈ ਤਾਂ ਫੇਰੇ ਪੈਰ ਵੀ ਜਿਹੜੀ ਆ ਉਹ ਅ ਇੱਥੇ ਲੋਕਲ ਜਿਹੜੀ ਇਮੀਗ੍ਰੇਸ਼ਨ ਹੈਗੀ ਯੂਐਸਸੀਆ ਜਿੱਥੇ ਅਪਲਾਈ ਕੀਤਾ ਉਥੇ ਕਰਨ ਪਰ ਹੁਣ ਇਹ ਕੈਟਾਗਰੀ ਚੱਲਦੀ ਆ ਉਹਨਾਂ ਦੀ ਆਉਣੀ ਚਾਹੀਦੀ ਐਂਟਰਵਿਊ ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਹੇ ਆ ਜੀ ਕਿ ਯੂਐਸ ਸਿਟੀਨ ਐਕਟ ਬਾਰੇ ਕੋਈ ਅਪਡੇਟ ਹੈ ਕਿ ਉਸ ਤਰ੍ਹਾਂ ਹੀ ਚੱਲ ਰਿਹਾ ਹੁੰਦਾ ਇਹਦੇ ਬਾਰੇ ਮੈਂ ਰੰਧਾਵਾ ਸਾਹਿਬ ਦੱਸਦਾ ਕਿ ਇਸੇ ਵੀਕ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਜੁਆਇੰਟ ਸੈਸ਼ਨ ਸੀ ਕਾਂਗਰਸ ਦਾ ਉਹਨੂੰ ਅਡਰੈਸ ਕੀਤਾ ਤੇ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਇਮੀਗ੍ਰੇਸ਼ਨ ਬਾਰੇ ਬੜੀ ਵੱਡੀ ਗੱਲ ਆ ਜਿਹੜਾ ਮਤਲਬ ਪ੍ਰੈਜ਼ੀਡੈਂਟ ਦਾ ਇਥੇ ਐਡਰੈਸ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦਾ ਉਹ ਜਿਹੜੀਆਂ ਮਤਲਬ ਸਰਕਾਰ ਦੀਆਂ ਪ੍ਰਾਇੋਰਟੀਜ਼ ਹੁੰਦੀਆਂ ਉਹਨੂੰ ਕਰਦਾ ਰਿਫਲੈਕਟ ਉਹਦਾ ਇੱਕ ਇੱਕ ਵਰਡ ਬੜਾ ਜਿਹੜਾ ਸੋਚ ਸਮਝ ਕੇ ਬੋਲਿਆ ਜਾਂਦਾ ਤੇ ਉਹਨਾਂ ਨੇ ਬਕਾਇਦਾ ਇਮੀਗ੍ਰੇਸ਼ਨ ਬਾਰੇ ਕਿਹਾ ਕਿ ਜਿਹੜੇ ਇਮੀਗ੍ਰੈਂਟਸ ਨੇ ਇਹਨਾਂ ਦੀ ਇਸ ਪੰਡੈਮਿਕ ਦੇ ਵਿੱਚ ਬਹੁਤ ਜਿਹੜੀ ਹੈਗੀ ਵਧੀਆ ਭੂਮਿਕਾ ਪਲੱਸ ਥਰੋਅਆਊਟ ਅਮਰੀਕਨ ਹਿਸਟਰੀ ਚ ਤੇ ਇਹਨਾਂ ਨੂੰ ਪੱਕੇ ਕਰਨ ਦਾ ਲਾਪਾਸ ਹੋਣਾ ਚਾਹੀਦਾ ਉਹ ਜ਼ਰੂਰ ਬਣਨਾ ਚਾਹੀਦਾ ਤੇ ਉਹਨਾਂ ਨੇ ਕਿਹਾ ਵੀ ਇਹ ਲਾ ਤੁਸੀਂ ਮਤਲਬ ਬਣਾਓ ਜਿਹੜੇ ਖਾਸ ਕਰਕੇ ਹਾਊਸ ਨੇ ਸੈਨੇਟ 'ਚ ਭੇਜੇ ਕਾਨੂੰਨ ਬਣਾਓ ਸੋ ਉਹਨਾਂ ਨੇ ਬੜਾ ਜ਼ੋਰ ਪਾ ਕੇ ਕਿਹਾ ਬਣਾਓ ਤੇ ਇਹ ਅਜੇ ਲਾ ਅਜੇ ਵਿੱਚ ਹੀ ਆ ਪਰ ਦੋ ਇਹਦੇ ਜਿਹੜੇ ਹਿੱਸੇ ਨੇ ਬਿੱਲਾਂ ਦੇ ਜਿਹੜੇ ਬੱਚੇ 18 ਸਾਲ ਤੋਂ ਘੱਟ ਪੱਕੇ ਹੋਣ ਦਾ ਤੇ ਇੱਕ ਜਿਹੜੇ ਹੈਗੇ ਆ ਐਗਰੀਕਲਚਰ ਵਰਕਰ ਦਾ ਉਹ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜਿਆ ਓਕੇ ਉਹ ਸੈਨੇਟ 'ਚ ਕਾਰਵਾਈ ਹੋਣੀ ਆ ਉਹਨਾਂ ਬਾਬਤ ਹੀ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਜਲਦੀ ਪਾਸ ਕਰੋ ਸੋ ਇਹਤੇ ਕਾਰਵਾਈ ਚੱਲ ਰਹੀ ਹੈ ਹੁਣ ਦੇਖਾਂਗੇ ਕੀ ਹੁੰਦਾ ਜੀ ਜੀ ਅਗਲਾ ਸਵਾਲ ਜੀ ਮੇਰੇ ਸੈਲਮ ਕੇਸ ਚੱਲ ਰਿਹਾ ਮੇਰੇ ਕੋਲ ਕੈਨੇਡਾ ਦਾ ਵੈਲਿਡ ਵੀਜ਼ਾ ਵੀ ਹੈ ਮੈਂ ਸੈਲਮ ਅਪਲਾਈ ਕਰਨ ਤੋਂ ਪਹਿਲਾਂ ਕੈਨੇਡਾ ਜਾ ਵੀ ਆਈ ਹਾਂ ਕੀ ਮੈਂ ਹੁਣ ਦੁਬਾਰਾ ਕੈਨੇਡਾ ਆ ਜਾ ਸਕਦੀ ਹਾਂ ਨਹੀਂ ਜਦੋਂ ਆਪਾਂ ਇੱਕ ਵਾਰੀ ਸੈਲਮ ਇੱਥੇ ਅਪਲਾਈ ਕਰਤਾ ਤੁਸੀਂ ਇਹਨਾਂ ਤੋਂ ਪਰミਸ਼ਨ ਲਈ ਬਨਾਨੀ ਜਾ ਸਕਦੇ ਜੇ ਤੁਹਾਡਾ ਕੇਸ ਕੋਰਟ ਚਾ ਫਿਰ ਤਾਂ ਉਹੀ ਨਹੀਂ ਜਾ ਸਕਦੇ ਤੁਸੀਂ ਜੇ ਇਥੋਂ ਚਲੇ ਗਏ ਤਾਂ ਜਿਹੜਾ ਸੈਲਫ ਰਿਪੋਰਟ ਹੋ ਜਾਓਗੇ ਜੇ ਥੱਲੇ ਸੈਲਮਾ ਆਫਿਸ ਚਾ ਤੁਸੀਂ ਇਥੋਂ ਪਰਮਿਸ਼ਨ ਲੈ ਕੇ ਜਾ ਸਕਦੇ ਹੋ ਜੇ ਪਰਮਿਸ਼ਨ ਮਿਲਦੀ ਹੈ ਉਦਾਂ ਨਹੀਂ ਜਾ ਸਕਦਾ ਈ 2 ਵੀਜ਼ਾ ਜਿਹੜਾ ਹੈਗਾ ਵੀ ਉਹ ਗ੍ਰੀਨ ਕਾਰਡ ਜਿਹੜਾ ਅਪਲਾਈ ਕਰ ਸਕਦੇ ਈ 2 ਇੱਕ ਜਿਹੜਾ ਟੈਂਪਰੀ ਵੀਜ਼ਾ ਉੱਤੇ ਈ ਵੀ 5 ਦੇ ਅੰਡਰ ਗ੍ਰੀਨ ਕਾਰਡ ਅਪਲਾਈ ਹੁੰਦਾ ਇਹ ਤਾਂ ਇੱਕ ਜਿਹੜਾ ਟੈਂਪਰੀ ਸਟੇਟਸ ਵਾਸਤੇ ਆ ਲੇਕਿਨ ਜਦੋਂ ਗ੍ਰੀਨ ਕਾਰਡ ਆਪਾਂ ਅਪਲਾਈ ਕਰਦੇ ਹਾਂ ਉਹ ਈ ਵੀ 5 ਚ ਕਰਦੇ ਹਾਂ ਓਕੇ ਓਕੇ ਅ ਅਗਲਾ ਸਵਾਲ ਹੈ ਜੀ ਮੈਂ ਯੂ ਐਸ ਏ ਟੂਰਿਸਟ ਵੀਜ਼ਾ ਤੇ 2 ਸਾਲ ਪਹਿਲਾਂ ਆਇਆ ਸੀ ਵਾਪਸ ਨਹੀਂ ਗਿਆ ਮੇਰੇ ਪੇਰੈਂਟਸ ਵੀ ਜਿਹੜੇ ਆ ਯੂ ਐਸ ਗ੍ਰੀਨ ਕਾਰਡ ਤੇ ਰਹਿੰਦੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਪੇਰੈਂਟਸ ਜੇ ਅਪਲਾਈ ਕਰਨਗੇ ਵੀ ਤੁਹਾਨੂੰ ਬਹੁਤ ਟਾਈਮ ਲੱਗਦਾ ਜਿਹੜਾ ਗ੍ਰੀਨ ਕਾਰਡ ਹੋਲਡਰ ਦਾ ਓਵਰ 21 ਆਪਾਂ ਦੱਸ ਕੇ ਹਟਿਆ ਜਿਹੜੀ ਕੈਟਾਗਰੀ F2B ਆ ਇਹ ਤੇ ਇਸ ਟਾਈਮ ਅਗਸਤ 2015 ਚੱਲ ਰਿਹਾ 6 ਸਾਲ 19 ਜਿਹੜੇ ਓਵਰਸਟੇ ਕਰਕੇ ਇੱਥੇ ਮਿਲਣਾ ਕੁਝ ਨਹੀਂ ਜਦੋਂ ਓਵਰਸਟੇ ਕਰ ਜਾਂਦੇ ਉਹਨਾਂ ਕੈਟਾਗਰੀਆਂ ਦੇ ਵਿੱਚ ਤੁਹਾਨੂੰ ਵਾਪਸ ਜਾਣਾ ਪੈਂਦਾ ਜੀ ਜੀ ਸੋ ਪੇਰੈਂਟਸ ਹੀ ਕੈਟਾਗਰੀ ਦੇ ਵਿੱਚ ਜੇ ਅਪਲਾਈ ਕਰ ਵੀ ਦੇਣਗੇ ਤਾਂ ਵੀ ਇੱਥੇ ਕੁਝ ਨਹੀਂ ਮਿਲਣਾ ਜੀ ਸੋ ਇਹਨਾਂ ਕੋਲ ਹੋਰ ਆਪਸ਼ਨ ਆ ਨੇ ਸੈਲਮ ਵੀ ਵਿਦਨ 1 ਇਅਰ ਹੁੰਦਾ ਉਹ ਸਾਲ ਲੰਗਾ ਲਿਆ ਇਹਨਾਂ ਨੇ ਉਹ ਵੀ ਤਾਂ ਜੇ ਦਾ ਗਰਾਊਂਡ ਕੋਈ ਬਣਦਾ ਮੈਂ ਉਹਦਾਂ ਕਰੇ ਜੀ ਨਹੀਂ ਕਰਦਾ ਕਿਸੇ ਨੂੰ ਵੀ ਤੁਸੀਂ ਸੈਲਮ ਕਰੋ ਜਿੰਨੀ ਦੇਰ ਤੱਕ ਉਹਦਾ ਕੋਈ ਵੈਲਿਡ ਕੇਸ ਨਹੀਂ ਸੱਚਾ ਕੇਸ ਨਹੀਂ ਓਕੇ ਇਸ ਤਰ੍ਹਾਂ ਹੀ ਇਹ ਜੇ ਇਹਨਾਂ ਦੀ ਰੀਅਲ ਮੈਰਿਜ ਹੁੰਦੀ ਹੈ ਯੂਐਸ ਸਿਟੀਜ਼ਨਾਂ ਵਿਆਹ ਕਰਾ ਸਕਦੇ ਨੇ ਉੱਤੇ ਪੱਕੇ ਹੋ ਸਕਦੇ ਪਰ ਉਹ ਵੀ ਅਸਲੀ ਚਾਹੀਦਾ ਉਹ ਵੀ ਜਿਹੜਾ ਵਿਆਹ ਵੀ ਅਸਲੀ ਚਾਹੀਦਾ ਇਹ ਸੈਲਮ ਕਰਨਾ ਉਹ ਵੀ ਅਸਲੀ ਕੇਸ ਚਾਹੀਦਾ ਓਕੇ ਹਾਂ ਜੀ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਸੀਂ ਕੋਸ਼ਿਸ਼ ਕੀਤੀ ਆ ਕਿ ਵੱਧ ਉਹ ਅਸੀਂ ਤੁਹਾਡੇ ਤੱਕ ਪਹੁੰਚਾਈਏ ਉਹਦੇ ਜਿਹੜੇ ਸਵਾਲਾਂ ਦੇ ਜਵਾਬ ਆ ਸਾਡੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਹੈਡਲਾ ਉਹ ਦਿੰਦੇ ਆ ਕਿਉਂਕਿ ਇਹ ਇੱਕ ਮਾਜੇ ਹੋਏ ਵਕੀਲ ਤੇ ਇਹਨਾਂ ਕੋਲ ਬਹੁਤ ਸਾਰੀ ਨੌਲੇਜ ਆ 25 ਸਾਲ ਦਾ ਤਜਰਬਾ ਤੇ ਇਹਨਾਂ ਤੋਂ ਜਿਹੜੇ ਸਵਾਲਾਂ ਦਾ ਜਵਾਬ ਮਿਲਦੇ ਆ ਉਹ ਤੁਹਾਨੂੰ ਬਿਲਕੁਲ ਘਰ ਬੈਠੇ ਫ੍ਰੀ ਚ ਮਿਲਦੇ ਆ ਪਰ ਸਾਨੂੰ ਅਫਸੋਸ ਵੀ ਹੁੰਦਾ ਸਾਡੇ ਕੋਲ ਸੈਂਕੜਿਆਂ ਦੇ ਹਿਸਾਬ ਨਾਲ ਸਵਾਲ ਹੁੰਦੇ ਆ ਪਰ ਅਸੀਂ ਸਾਰਿਆਂ ਦਾ ਜਵਾਬ ਨਹੀਂ ਦੇ ਸਕਦੇ ਕੋਸ਼ਿਸ਼ ਕਰੀ ਦੀ ਹੈ ਕਿ ਸਾਂਝੇ ਤੌਰ ਤੇ ਜਿਹੜੇ ਤੁਹਾਡੇ ਸਵਾਲਾਂ ਦਾ ਜਵਾਬ ਆ ਤੁਹਾਡੇ ਤੱਕ ਪਹੁੰਚਾਈਏ ਅਗਲੇ ਹਫਤੇ ਫੇਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ